कुलवंत सिंह विरक साडा श्रोमणी कहानीकार है, इहदे बारे मैं कहा सीगा कि कोई दो रावां नहीं, सारे विद्वान भी ते पाठक इस गल नाल अपनी सहमति प्रगट करदे आ। ते इस करके एडे वड्डे कहानीकार, एडे वड्डे लेखक दे सारे पक्षां नूं इक लैक्चर दे विच समेट सकना भावें अपने आप दे विच बड़ा औखा काम है, पर कोशिश करांगे कि वध तों वध जिहड़ियां गल्लां हो सकन। तो नाल ये भी ध्यान मैं रखूँगा कि क्योंकि विरक साहब बारे बहुत सारा काम जिहड़ा है वह होया, PhD पद्धर का भी, तो स्वतंत्र किताबां भी उन्होंने बहुत लिखिया गई, कि उस काम की दोहराई ना हो, कुछ नवीं गल्लां जिहड़ियां हैगियां उन्हां बारे मैं सांझियां करां, ये मेरी कोशिश होएगी। तो जदों असीं कुलवंत सिंह विरक दे बारे सोचना शुरू करते हैं कि उन्हां दा नवांपन की है जां उन्हां दा योगदान किस करके पंजाबी कहानी नूं है, तो मैं उहदे वास्ते तीन मापदंड जिहड़े है वह अपने सामने रखदा, जिन्हां दे आधार ते असीं किसी भी लेखक जां कहानीकार की परख कर सकते हैं कि उहदे च निवेकलापन नवांपन की है। सब तो पहला जिहड़ा मापदंड है वो ये हैगा कि लेखक की जीवन दृष्टि दे विच विज्ञानक तत्तां दा दखल किन्ना क है, उन्हां दी सोच किन्नी क विज्ञानक चेतना दे नाल जिहड़ी हैगी है लबरेज है। दूजा साडे कोले मापदंड है कि जिहड़ी लेखक की वस्तु चोण है जां वो जिस बारे लिखदा उहदे च सजरापन किन्ना क है, निवेकलापन किन्ना क है अपने पूर्वकालियां दे नालों जां समकालियां दे नालों। तीजा मापदंड साढ़े कोल है कि उस लेखक ने जिहड़े शैलीगत प्रयोग किए हैगे आ उन्हां दी नवीनता जां उन्हां दी जिहड़ी विलखणता वह किस किस्म की है। इन्हां तिन्नां मापदंडां दे आधार ते ही असीं कुलवंत सिंह विरक की कहानी बारे जिहड़ी है गल करांगे, ਤਾਂ ਕਿ ਅਸੀਂ ਇਸ ਗੱਲ ਤੱਕ ਪਹੁੰਚ ਸਕੀਏ ਕਿ ਕੁਲਵੰਤ ਸਿੰਘ ਵਿਰਕ ਦੀ ਜਿਹੜੀ ਰਚਨਾ ਦ੍ਰਿਸ਼ਟੀ ਹੈ ਉਹਦੇ ਕਿਸ ਤਰ੍ਹਾਂ ਦੇ ਪਸਾਰ ਨੇ, ਕਿਸ ਤਰ੍ਹਾਂ ਦੀ ਉਹਦੀ ਡੂੰਘਾਈ ਹੈ, ਕਿਸ ਤਰ੍ਹਾਂ ਦੀ ਉਹਦੀ ਵਿਸ਼ਾਲਤਾ ਹੈ ਉਹਦੇ ਬਾਰੇ, ਤਾਂ ਕਿ ਅਸੀਂ ਕੋਈ ਨਿਰਣੇ ਦੇ ਜਿਹੜਾ ਪੱਧਰ 'ਤੇ ਪਹੁੰਚ ਸਕੀਏ। ਤਾਂ ਕੁਲਵੰਤ ਸਿੰਘ ਵਿਰਕ ਦੀ ਜੇ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਜਿਹੜੀ ਉਹਨਾਂ ਦੀ ਜੀਵਨ ਦ੍ਰਿਸ਼ਟੀ ਨੂੰ ਪ੍ਰਭਾਵਿਤ ਕਰਨ ਵਾਲੇ ਵੀ ਮੇਰੇ ਅਨੁਸਾਰ ਤਿੰਨ ਵੱਡੇ ਜਿਹੜੇ ਹੈ ਨੁਕਤੇ ਹੈ ਜਿਨ੍ਹਾਂ ਨੇ ਉਹਨਾਂ ਦੇ ਜੀਵਨ ਦ੍ਰਿਸ਼ਟੀ ਨੂੰ ਵਿਗਿਆਨਕ ਥੋੜ੍ਹਾ ਬਣਾਉਣ ਵੱਲ ਵੀ ਜਾਂ ਜੇ ਓਬਜੈਕਟਿਵ ਬਣਾਉਣ ਵੱਲ ਜਿਨ੍ਹਾਂ ਦਾ ਜਿਹੜਾ ਰੋਲ ਹੈ। ਸਭ ਤੋਂ ਪਹਿਲਾਂ ਜਿਹੜਾ ਹੈ ਕਿ ਉਹ ਉਹਨਾਂ ਦਾ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਜੱਟ ਕਿਸਾਨ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਪਰਵਰਿਸ਼ ਹੋਈ ਔਰ ਪਾਲਣ ਪੋਸ਼ਣ ਇਸ ਤਰ੍ਹਾਂ ਜਿਹੜਾ ਹੈ ਉੱਥੇ ਹੋਇਆ। ਦੂਜੀ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਵੱਡੀ ਘਟਨਾ ਹੈ ਉਹ ਹੈਗਾ ਕਿ ਉਹਨਾਂ ਨੇ ਜਿਹੜੀਆਂ ਸਿੱਖਿਆਵਾਂ ਸਿੱਖਿਆ ਸੰਸਥਾਵਾਂ ਦੇ ਵਿੱਚੋਂ ਜਿਹੜੀ ਉਹਨਾਂ ਨੇ ਜਿੱਥੋਂ ਸਿੱਖਿਆ ਲਈ ਔਰ ਉਹ ਬਹੁਤ ਮਿਆਰੀ ਸਿੱਖਿਆ ਸੰਸਥਾਵਾਂ ਨੇ ਜਿਵੇਂ FC ਕਾਲਜ ਲਾਹੌਰ ਜਾਂ ਖਾਲਸਾ ਕਾਲਜ ਅੰਮ੍ਰਿਤਸਰ, ਤਾਂ ਇਸੇ ਤਰ੍ਹਾਂ ਹੀ ਜਿਹੜੇ ਅਧਿਆਪਕਾਂ ਪਾਸੋਂ ਸਿੱਖਿਆ ਲਈ ਉਹ ਵੀ ਸੰਤ ਸਿੰਘ ਸੇਖੋਂ ਜਾਂ ਪ੍ਰਿੰਸੀਪਲ ਤੇਜਾ ਸਿੰਘ ਵਰਗੇ ਜਿਹੜੇ ਉਹਨਾਂ ਦੇ ਅਧਿਆਪਕ ਰਹੇ। ਤੀਜੀ ਗੱਲ ਜਿਹੜੀ ਜਿਹਨਾਂ ਨੇ ਉਹਨਾਂ ਦੀ ਜੀਵਨ ਦ੍ਰਿਸ਼ਟੀ ਨੂੰ ਪ੍ਰਭਾਵਿਤ ਕੀਤਾ ਉਹ ਸੀ ਪੱਛਮੀ ਇਨਲਾਈਟਨਮੈਂਟ ਦੀ ਜਾਂ ਗਿਆਨ ਕਰਨ ਦੀ ਜਿਹੜੀ ਜਿਹੜਾ ਪ੍ਰਭਾਵ ਸੀ ਸਾਡੇ ਉਸ ਵੇਲੇ ਉਹ ਉਹਨਾਂ ਦੀ ਜਿਹੜੀ ਉਹਨਾਂ ਨੂੰ ਸਹਿਤ ਸੱਭਿਆਚਾਰ ਦੀ ਜਿਹੜੀ ਗੁੜ੍ਹਤੀ ਹੀ ਜਿਹੜੀ ਮਿਲੀ ਸੀਗੀ, ਕਿਉਂਕਿ ਉਹ ਆਪਣੀ ਪੜ੍ਹਾਈ ਤੋਂ ਬਾਅਦ ਜਿਹੜਾ ਹੈ ਫੌਜ ਦੇ ਵਿੱਚ ਚਲੇ ਗਏ ਸੀ ਅਤੇ ਜਿਹੜੇ ਅੰਗਰੇਜ਼ ਅਫਸਰਾਂ ਨਾਲ ਜਾਂ ਜਿਹੜੇ ਜਿਸ ਕਿਸਮ ਦੇ ਉਹਨਾਂ ਦੇ ਸੰਬੰਧ ਰਹੇ ਜਾਂ ਉਹਨਾਂ ਨੇ ਜਿਸ ਕਿਸਮ ਦਾ ਉਸ ਵੇਲੇ ਸਾਹਿਤ ਪੜ੍ਹਿਆ ਉਹਦਾ ਅਸਰ ਵੀ ਉਹਨਾਂ ਦੀ ਸ਼ਖਸੀਅਤ 'ਤੇ ਇਸ ਤਰ੍ਹਾਂ ਦਾ ਪਿਆ ਕਿ ਉਹਨਾਂ ਦਾ ਜਿਹੜਾ ਉਹਨਾਂ ਦੀ ਦਿਸ਼ਾ ਜਾਂ ਉਹਨਾਂ ਦਾ ਮੁੱਖ ਹੈ ਉਹ ਆਧੁਨਿਕਤਾ ਵੱਲ ਜਾਂ ਵਿਗਿਆਨਕ ਚੇਤਨਾ ਵੱਲ ਜਿਹੜਾ ਹੈ ਉਹ ਹੋਇਆ। ਕੁਲਵੰਤ ਸਿੰਘ ਵਿਰਕ ਜਿਹੜਾ ਹੈ ਉਹ ਆਪਣੇ ਪਹਿਲੇ ਅਨੁਭਵ ਬਾਰੇ ਜਿਹਦੀ ਮੈਂ ਗੱਲ ਕੀਤੀ ਹੈ ਉਹਦੇ ਬਾਰੇ ਉਹ ਲਿਖਦੇ ਆ ਆਪ ਹੀ ਕਿ ਜਿਸ ਜੀਵਨ ਦਾ ਅਨੁਭਵ ਮੈਨੂੰ ਹੋਇਆ ਉਹ ਬੜਾ ਸਾਦਾ ਜਿਹਾ ਸੀ, ਬਸ ਮਨੁੱਖ ਉਸਦਾ ਟੱਬਰ ਅਤੇ ਡੰਗਰ ਪੈਲੀਆਂ, ਮੀਂਹ ਅਤੇ ਰੁੱਤਾਂ ਜਿਨ੍ਹਾਂ ਨਾਲ ਫਸਲਾਂ ਵੱਧ ਕੇ ਪੱਕਦੀਆਂ ਅਤੇ ਮਨੁੱਖ ਦਾ ਬਲੀ ਹੱਥ ਜਿਹੜਾ ਹਰ ਸ਼ੈ ਵਿੱਚ ਜਾਣ ਪਾਉਂਦਾ।
ਅਤੇ ਦੁਸ਼ਮਣਾਂ ਨੂੰ ਠੱਲ ਪਾਈ ਰੱਖਦਾ। ਬਾਕੀ ਚੀਜ਼ਾਂ ਜਿਵੇਂ ਕਲਾ, ਪ੍ਰੇਮ, ਐਵੇਂ ਫੈਸ਼ਨ ਜਾਂ ਵੈਲ ਜਿਹੇ ਸਨ। ਬੀ ਦਾ ਉੱਗਣਾ ਹੀ ਮੇਰੇ ਲਈ ਅਦਭੁਤ ਗੱਲ ਸੀ। ਇਹ ਅਨੁਭਵ ਹੈ ਜਿਹੜਾ ਕਹਾਣੀਆਂ ਦਾ ਜਿਹੜਾ ਆਧਾਰ ਬਣਦਾ ਕੁਲਵੰਤ ਸਿੰਘ ਵਿਰਕ ਦੀਆਂ ਦਾ। ਅਤੇ ਸੰਤ ਸਿੰਘ ਸੇਖ ਹੋਰਾਂ ਨੇ ਕਦੇ ਟਿੱਪਣੀ ਕੀਤੀ ਸੀਗੀ ਕਿ ਜਿਹੜੇ ਪੰਜਾਬੀ ਦੇ ਜਾਂ ਜਿਹੜੇ ਵੀ ਲੇਖਕ ਪਿੰਡ 'ਚੋਂ ਆਉਂਦੇ ਆ ਉਹਨਾਂ ਦਾ ਜਿਹੜਾ ਜੀਵਨ ਅਨੁਭਵ ਹੈ ਉਹ ਦੂਰੀ ਕਿਸਮ ਦਾ ਹੋ ਜਾਂਦਾ, ਇੱਕ ਪਿੰਡ ਦਾ ਔਰ ਇੱਕ ਫਿਰ ਜਦੋਂ ਸ਼ਹਿਰ ਦੇ ਵਿੱਚ ਨੌਕਰੀ ਰਾਹੀਂ ਆਉਂਦੇ ਆ ਤਾਂ ਸ਼ਹਿਰ ਦਾ। ਕੁਲਵੰਤ ਸਿੰਘ ਵਿਰਕ ਦੇ ਜੀਵਨ ਬਾਰੇ ਵੀ ਅਸੀਂ ਇਹ ਗੱਲ ਕਹਿ ਸਕਦੇ ਹਾਂ, ਅਨੁਭਵ ਬਾਰੇ ਵੀ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੇ ਕੋਲ ਇਸ ਕਿਸਮ ਦਾ ਦੂਹਰਾ ਅਨੁਭਵ ਹੈ ਜੇ ਜਿਹਦੇ ਰਾਹੀਂ ਉਹ ਆਪਣੀ ਕਹਾਣੀ ਲਿਖਦੇ ਆ। ਤਾਂ ਉਹਨਾਂ ਨੇ ਆਪਣੇ ਅਨੁਭਵਾਂ ਬਾਰੇ ਭਾਵੇਂ ਬਹੁਤਾ ਉਸ ਤਰ੍ਹਾਂ ਨਹੀਂ ਲਿਖਿਆ ਜੀਵਨੀ ਮੂਲਕ ਢੰਗ ਨਾਲ, ਪਰ ਉਹਨਾਂ ਨੇ ਦੀ ਇੱਕ ਛੋਟੀ ਜਿਹੀ ਕਿਤਾਬ ਹੈ ਕਹਾਣੀ ਕਲਾ ਅਤੇ ਮੇਰਾ ਅਨੁਭਵ, ਜਿਹੜੀ ਭਾਸ਼ਾ ਵਿਭਾਗ ਪੰਜਾਬ ਨੇ ਛਾਪੀ ਸੀ, ਪੈਂਫਲਿਟ ਨੁਮਾ ਛੋਟੀ ਜਿਹੀ ਕਿਤਾਬ ਹੈਗੀ ਹੈ, ਪਰ ਬਹੁਤ ਹੀ ਪੰਜਾਬੀ ਦੇ ਵਿੱਚ ਉਹ ਉੱਚੇ ਪੱਧਰ ਦੀ ਕਿਤਾਬ ਹੈਗੀ। ਜੇ ਕਿਸੇ ਨੇ ਲੇਖਕ ਦੀ ਜੀਵਨ ਦ੍ਰਿਸ਼ਟੀ ਦੇ ਬਾਰੇ ਸਮਝਣਾ ਹੋਵੇ ਕਿ ਉਹ ਅਨੁਭਵ ਕਿਸ ਤਰ੍ਹਾਂ ਕਹਾਣੀਆਂ ਦੇ ਵਿੱਚ ਢਲ ਜਾਂਦਾ। ਤਾਂ ਦੂਜੀ ਗੱਲ ਮੈਂ ਉਹਨਾਂ ਦੇ ਜਿਹੜੀ ਕੀਤੀ ਸੀਗੀ ਕਿ ਵੀ ਉਹਨਾਂ ਦੀ ਜਿਹੜੀ ਸਿੱਖਿਆ ਸੀਗੀ ਜਿਹਨੇ ਉਹਨਾਂ ਦਾ ਮੁੱਖ ਆਧੁਨਿਕਤਾ ਵੱਲ ਕੀਤਾ, ਅਤੇ ਤੀਜੀ ਉਹਨਾਂ ਦੀ ਜਿਹੜੀ ਫੌਜ ਵਿੱਚ ਭਰਤੀ ਤੋਂ ਬਾਅਦ ਇਹਦੇ ਬਾਰੇ। ਉਹਨਾਂ ਦੀ ਪਹਿਲੀ ਕਹਾਣੀ ਵੀ ਉਹਨਾਂ ਨੇ ਇਸੇ ਗੱਲ 'ਚੋਂ ਹੀ ਲਿਖੀ। ਉਹ ਕਹਿੰਦੇ ਕਿ ਫੌਜੀ ਅਫਸਰਾਂ ਬਾਰੇ, ਫੌਜੀ ਅਫਸਰਾਂ ਦੇ ਉੱਥੇ ਵਾਸਤੇ ਜਿਹੜੇ ਹੈਗੇ ਮੈਗਜ਼ੀਨ ਆਉਂਦੇ ਸੀਗੇ ਉੱਥੋਂ ਯੂਰਪ ਦੇ ਵਿੱਚੋਂ ਹੀ, ਤਾਂ ਉਹਨਾਂ ਮੈਗਜ਼ੀਨਾਂ ਦੇ ਵਿੱਚ ਕੋਈ ਇੱਕ ਕੋਈ ਰਚਨਾ ਛਪੀ ਸੀ ਜਿਹਦਾ ਨਾਂ ਚਾਚਾ ਜਾਂ ਅੰਕਲ ਸੀ। ਉਹ ਕਹਿੰਦੇ ਕਿ ਜਦੋਂ ਮੈਂ ਇਸ ਗੱਲ ਵੰਨੀ ਝਾਤੀ ਮਾਰੀ ਕਿ ਵੀ ਸਾਡੇ ਪਿੰਡ ਦੇ ਜਿਹੜੇ ਇਸ ਤਰ੍ਹਾਂ ਦੇ ਛੜੇ ਬੰਦੇ ਨੇ, ਕੀ ਉਹਨਾਂ ਬਾਰੇ ਮੈਂ ਇਸ ਤਰ੍ਹਾਂ ਦੀ ਕਹਾਣੀ ਲਿਖ ਸਕਦਾ, ਜਿਹੜੀ ਉਹਨਾਂ ਦੀ ਸਭ ਤੋਂ ਪਹਿਲੀ ਕਹਾਣੀ ਚਾਚਾ ਜਿਹੜੀ ਉਹਨਾਂ ਨੇ ਬਾਅਦ ਦੇ ਵਿੱਚ ਲਿਖੀ। ਤਾਂ ਉਹ ਉਹਨਾਂ ਦੀ ਨਜ਼ਰ ਦੇ ਵਿੱਚ ਨਵਾਂਪਣ ਕੀ ਹੈ ਉਹਦੇ ਲਈ ਵੀ ਮੈਂ ਉਹਨਾਂ ਦੀ ਕੋਟੇਸ਼ਨ ਹੀ ਜਿਹੜੀ ਉਹ ਕਹਾਣੀ ਚਾਚਾ ਬਾਰੇ ਉਹਨਾਂ ਨੇ ਲਿਖੀ ਉਹ ਪੜ੍ਹਨਾ ਚਾਹੁੰਦਾ, ਜਿਹਦੇ 'ਚ ਕਿ ਬਹੁਤ ਸਾਰੀਆਂ ਇਨਸਾਈਟਸ ਨੇ ਉਸ ਕੋਟੇਸ਼ਨ ਦੇ ਵਿੱਚ ਕਿ ਕੁਲਵੰਤ ਸਿੰਘ ਵਿਰਕ ਦੇ ਦਿਸ਼ਾ ਜਾਂ ਦਸ਼ਾ ਕਿਸ ਵੱਲ ਨੂੰ ਜਿਹੜੀ ਹੈ ਹੋਈ। ਉਹ ਕਹਿੰਦੇ ਕਿ ਅੰਗਰੇਜ਼ ਫੌਜੀ ਅਫਸਰਾਂ ਦੇ ਮਨ ਪਰਚਾਵੇ ਲਈ ਉਦੋਂ ਬਹੁਤ ਸਾਰੇ ਪਰਚੇ ਵਲੈਤੋਂ ਆਉਂਦੇ ਸਨ। ਇਹੋ ਜਿਹੇ ਇੱਕ ਪਰਚੇ ਵਿੱਚ ਕਹਾਣੀ ਚਾਚੇ ਅੰਕਲ ਬਾਰੇ ਸੀ ਜਿਹੜਾ ਸ਼ਰਾਬ ਪੀ ਕੇ ਆਪਣੇ ਭਤੀਜੇ ਨਾਲ ਬੜੇ ਪ੍ਰੇਮ ਦੀਆਂ ਗੱਲਾਂ ਕਰਦਾ ਸੀ। ਮੈਂ ਸੋਚਿਆ ਕਿ ਇਹੋ ਜਿਹੀ ਕਹਾਣੀ ਪੰਜਾਬੀ ਵਿੱਚ ਲਿਖਣੀ ਚਾਹੀਦੀ ਹੈ। ਸ਼ਾਇਦ ਉਹ ਵੀ ਛੜਾ ਸੀ, ਪਰ ਅੰਗਰੇਜ਼ਾਂ ਦੇ ਛੜੇ ਸਾਡੇ ਨਾਲੋਂ ਢੇਰ ਵੱਖਰੇ ਹੁੰਦੇ ਸਨ। ਜਦੋਂ ਮੈਂ ਆਪਣੇ ਪਿੰਡ ਦੇ ਛੜੇ ਚਾਚੇ ਵੱਲ ਧਿਆਨ ਮਾਰਿਆ ਤਾਂ ਉਹ ਬਹੁਤ ਬੇਜਾਨ ਜਿਹਾ ਲੱਗਾ। ਉਸ ਤਰ੍ਹਾਂ ਦੇ ਆਦਮੀ ਬਾਰੇ ਮੇਰੀ ਕਹਾਣੀ ਲਿਖਣ ਦੀ ਕੋਈ ਨੀਅਤ ਨਹੀਂ ਸੀ। ਇੱਕ ਅੱਧ ਗੱਲ ਮੈਂ ਉਸ ਦੀ ਲੈ ਲਈ, ਪਰ ਬਹੁਤੀਆਂ ਗੱਲਾਂ ਕੋਲੋਂ ਜੋੜ ਕੇ ਮੈਂ ਇੱਕ ਕਹਾਣੀ ਘੜ ਲਈ। ਕਿਉਂਕਿ ਉਸ ਦੀ ਕੋਈ ਵਹੁਟੀ ਨਹੀਂ ਸੀ, ਮੈਂ ਸੋਚਿਆ ਉਹ ਇਸ ਗੱਲ ਨੂੰ ਲੁਕਾਉਣ ਲਈ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਬਣਾਉਂਦਾ ਹੋਵੇਗਾ। ਹੁਣ ਕੁਲਵੰਤ ਸਿੰਘ ਵਿਰਕ ਦੀ ਜਿਹੜੀ ਇਹ ਰਚਨਾ ਪ੍ਰਕਿਰਿਆ ਜਿਹੜੀ ਹੈ ਕਿ ਉਹ ਉਸੇ ਤਰ੍ਹਾਂ ਜਿਸ ਤਰ੍ਹਾਂ ਦਾ ਸਾਨੂੰ ਯਥਾਰਥ ਦਿਸਦਾ ਹੈ ਉਹਨੂੰ ਉਸੇ ਤਰ੍ਹਾਂ ਪੇਸ਼ ਕਰਨ ਦੇ ਵਿੱਚ ਉਹਦੀ ਕੋਈ ਦਿਲਚਸਪੀ ਨਹੀਂ ਉਸ ਤਰ੍ਹਾਂ ਦੀ, ਬਲਕਿ ਉਹਦੀ ਦਿਲਚਸਪੀ ਫਿਰ ਕਿਸ ਚੀਜ਼ ਦੇ ਵੱਲ ਹੈਗੀ ਹੈ। ਤਾਂ ਜੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਰਚਨਾ ਜਾਂ ਵਸਤੂ ਚੋਣ ਦਾ ਕੋਈ ਸੂਤਰ ਲੱਭਣਾ ਹੋਵੇ ਤਾਂ ਕੁਲਵੰਤ ਸਿੰਘ ਵਿਰਕ ਦੀ ਦਿਲਚਸਪੀ ਜਿਹੜੀ ਹੈ ਉਹ ਖੜ੍ਹੇ ਹੋਏ ਯਥਾਰਥ ਵੱਲ, ਸਟੈਟਿਕ ਰਿਐਲਿਟੀ ਦੇ ਵਿੱਚ ਨਹੀਂ ਗਈ, ਬਲਕਿ ਉਹਦੀ ਜਿਹੜੀ ਉਹਦੀ ਦਿਲਚਸਪੀ ਹੈ ਉਹ ਪਰਿਵਰਤਨਸ਼ੀਲ ਵਰਤਾਰੇ ਜਾਂ ਅਸੀਂ ਕਹੀਏ ਕਿ ਪੰਜਾਬੀ ਸੱਭਿਆਚਾਰ ਦੇ ਰੂਪਾਂਤਰਨ ਦੇ ਵਿੱਚ ਜਿਹੜੀ ਹੈ ਉਹਨੂੰ ਵੇਖਣ ਸਮਝਣ ਦੇ ਵਿੱਚ ਉਹਦੀ ਦਿਲਚਸਪੀ ਜਿਹੜੀ ਹੈ। ਅਸੀਂ ਜਾਣਦੇ ਹਾਂ ਜਿਹੜੀਆਂ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਉਹਨਾਂ ਦੀਆਂ ਬਹੁਤ ਮਸ਼ਹੂਰ ਵੀ ਨੇ, ਜਿਵੇਂ ਤੂੜੀ ਦੀ ਪੰਡ ਹੈ,
ਤਾਂ ਉਹਨਾਂ ਦੀ ਦਿਲਚਸਪੀ ਜਾਂ ਉਜਾੜ ਦਾ ਆਲਾ ਸਿੰਘ ਹੈ, ਉਹਨਾਂ ਦੀ ਦਿਲਚਸਪੀ ਬਹਾਦਰ ਸਿੰਘ ਦਾ ਚਿੱਤਰ ਚਿੱਤਰਨ ਦੇ ਵਿੱਚ ਨਹੀਂ, ਬਲਕਿ ਬਹਾਦਰ ਸਿੰਘ ਕਿੱਥੋਂ ਚੱਲ ਕੇ ਬਦਲਦਾ ਹੋਇਆ ਕਿੱਥੋਂ ਤੱਕ ਪਹੁੰਚਦਾ, ਇਸ ਗੱਲ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਦਿਲਚਸਪੀ ਹੈ। ਇਸ ਕਰਕੇ ਵਿਰਕ ਦੇ ਜਿਹੜੇ ਸਮਕਾਲੀ ਸੀ ਜਾਂ ਉਹਦੇ ਪੂਰਵਲੇ ਕਹਾਣੀਕਾਰ ਸੀਗੇ, ਜਿਵੇਂ ਸੇਖੋਂ ਹੈ, ਦੁੱਗਲ ਹੈ, ਸੁਜਾਨ ਸਿੰਘ ਹੈ, ਉਹ ਵਧੇਰੇ ਕਰਕੇ ਯਥਾਰਥਕ ਚਿੱਤਰਨ ਨੂੰ ਵਧੇਰੇ ਮਹੱਤਤਾ ਦਿੰਦੇ ਸੀ, ਜਾਂ ਜੇ ਉਹਦੇ ਵਿੱਚ ਪਰਿਵਰਤਨ ਨੂੰ ਜਾਂ ਰੂਪਾਂਤਰਨ ਨੂੰ ਵੇਖਦੇ ਵੀ ਸੀ ਤਾਂ ਉਹ ਇਸ ਤਰ੍ਹਾਂ ਵੇਖਦੇ ਸੀਗੇ ਕਿ ਇਹਨੂੰ ਪ੍ਰਗਤੀਵਾਦੀ ਨਜ਼ਰੀਏ ਤੋਂ ਆਪਣੇ ਮਨ 'ਚ ਇੱਛਿਤ ਢੰਗ ਨਾਲ ਪਰਿਵਰਤਿਤ ਕਰਨ ਵੱਲ ਉਹਨਾਂ ਦਾ ਵਧੇਰੇ ਰੁਝਾਨ ਸੀ। ਤੁਸੀਂ ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ, ਬਾਬਾ ਜੈਮਲ, ਕੀਟਾਂ ਅੰਦਰ ਕੀਟ ਜਾਂ ਇੱਕ ਯੋਧੇ ਦਾ ਚਲਾਣਾ ਵੇਖ ਸਕਦੇ ਹੋ, ਅਤੇ ਇਸੇ ਤਰ੍ਹਾਂ ਧੀਰ ਦੀ ਕਹਾਣੀ ਕੋਈ ਇੱਕ ਸਵਾਰ ਵੇਖ ਸਕਦੇ, ਜਿਨ੍ਹਾਂ ਦੇ ਵਿੱਚ ਇਸ ਕਿਸਮ ਦਾ ਜਿਹੜਾ ਹੈ ਯਥਾਰਥ ਤੁਹਾਨੂੰ ਨਜ਼ਰ ਆਊਗਾ। ਪਰ ਜਿਹੜਾ ਕੁਲਵੰਤ ਸਿੰਘ ਵਿਰਕ ਹੈ, ਇਹਦੀ ਦਿਲਚਸਪੀ ਇਸ ਗੱਲ ਦੇ ਵਿੱਚ ਨਹੀਂ ਕਿ ਵੀ ਮੈਂ ਇੱਕ ਚਰਿੱਤਰ ਨੂੰ ਇੰਨ ਬਿੰਨ ਫੜਨਾ ਹੈ ਜਿਸ ਤਰ੍ਹਾਂ ਦਾ ਉਹ ਹੈ, ਬਲਕਿ ਹੈ ਕਿ ਉਸ ਚਰਿੱਤਰ ਦੇ ਵਿੱਚ ਜਿਹੜੀਆਂ ਸਮਕਾਲੀ ਪ੍ਰਸਥਿਤੀਆਂ ਨੇ ਉਹਦੀਆਂ, ਉਹਦੇ ਵਿੱਚ ਉਹਦਾ ਰੂਪਾਂਤਰਨ ਕਿਵੇਂ ਹੋ ਰਿਹਾ ਹੈਗਾ, ਇਹ ਉਹਦਾ ਨਵਾਂਪਣ ਹੈ ਕਿ ਉਸ ਨੂੰ ਕਿਵੇਂ ਫੜਿਆ ਜਾਵੇ ਅਤੇ ਫਿਰ ਉਸ ਨੂੰ ਫੜ ਕੇ ਜਿਹੜਾ ਹੈ ਕਿਵੇਂ ਪਾਠਕ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਉਹ ਪਰਿਵਰਤਨ ਰੂਪਾਂਤਰਨ ਚਾਹੇ ਉਸ ਪਾਤਰ ਦੀ ਆਰਥਿਕਤਾ ਦੇ ਵਿੱਚ ਹੈ, ਚਾਹੇ ਉਹਦੇ ਰਿਸ਼ਤਿਆਂ ਦੇ ਵਿੱਚ ਹੈ, ਚਾਹੇ ਉਹਦੇ ਆਪਣੇ ਮਨ ਦੀਆਂ ਜਿਹੜੀਆਂ ਕੰਧਰਾਂ ਨੇ ਉਹਨਾਂ ਦੇ ਵਿੱਚ ਹੈ, ਚਾਹੇ ਉਹਦੇ ਅਵਚੇਤਨ ਦੇ ਵਿੱਚ ਹੈ, ਉਹ ਕਿਸ ਤਰ੍ਹਾਂ ਦਾ ਪਰਿਵਰਤਨ ਜਿਹੜਾ ਹੈਗਾ ਉਹ ਵਾਪਰ ਰਿਹਾ ਹੈਗਾ, ਇਹਨੂੰ ਫੜਨ ਦਾ ਯਤਨ ਕਰਦਾ। ਮੈਂ ਇੱਕ ਕਹਾਣੀ ਦੀ ਜੇ ਉਦਾਹਰਨ ਦੇਣੀ ਹੋਵੇ, ਜਿਵੇਂ ਸ਼ਿੰਗਾਰ ਕਹਾਣੀ ਹੈ ਕੁਲਵੰਤ ਸਿੰਘ ਵਿਰਕ ਦੀ, ਉਹਦੇ 'ਚ ਜਿਹੜਾ ਉਹ ਕੁੜੀ ਦਾ ਬਾਪ ਹੈ, ਉਹਨੇ ਉਹ ਆਪਣੀ ਇੱਕ ਤਰ੍ਹਾਂ ਨਾਲ ਬੇਟੀ ਦੀ ਜੇ ਗੱਲ ਸੁਣਾਉਂਦਾ ਹੈਗਾ ਤਾਂ ਇਹ ਹੈਗਾ ਕਿ ਉਹਦੇ 'ਚ ਪਰਿਵਰਤਨ ਵਾਪਰਿਆ। ਜਿਵੇਂ ਕਿ ਆਮ ਤੌਰ 'ਤੇ ਲੋਕ ਆਪਣੀਆਂ ਬੱਚੀਆਂ ਨੂੰ, ਆਪਣੀਆਂ ਧੀਆਂ ਨੂੰ ਜਿਵੇਂ ਸ਼ਿੰਗਾਰ ਕਰਨ ਤੋਂ, ਬਲਕਿ ਉਸ ਵੇਲੇ ਦੇ ਲੋਕ ਬਲਕਿ ਰੋਕਦੇ ਸੀ, ਅਤੇ ਜੇ ਉਹ ਆਪਣੀ ਧੀ ਨੂੰ ਸ਼ਿੰਗਾਰ ਦੇ ਖੁੱਲ੍ਹੇ ਮੌਕੇ ਦੇ ਰਿਹਾ ਜਾਂ ਉਤਸ਼ਾਹਿਤ ਕਰ ਰਿਹਾ ਤਾਂ ਉਹਦੇ ਪਿੱਛੇ ਉਹਦੇ 'ਚ ਜਿਹੜੀ ਇਹ ਤਬਦੀਲੀ ਆਈ ਹੈ ਉਹਦੇ 'ਚ ਕਾਰਨ ਨੇ, ਉਹਦਾ ਪਿਛੋਕੜ ਹੈ ਇੱਕ ਖਾਸ ਤਰ੍ਹਾਂ ਦਾ, ਜਿਹਦਾ ਵਿਰਕ ਜਿਹਨੂੰ ਦਿਲਚਸਪੀ ਨਾਲ ਜਾਂ ਉਚੇਚੇ ਜਿਹੜਾ ਹੈ ਉਚੇਚ ਨਾਲ ਉਹਦਾ ਚਿਤਰਨ ਕਰਦਾ। ਇਸੇ ਤਰ੍ਹਾਂ ਜੇ ਵਸਤੂ ਚੋਣ ਜਿਹੜੇ ਵਿਰਕ ਦੇ ਨਾਲ ਜੋੜੀ ਜਾਂਦੀ ਹੈ, ਜਿਵੇਂ 1947 ਦੇ ਦੁਖਾਂਤ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਕਹਾਣੀਆਂ ਲਿਖੀਆਂ, ਤਾਂ ਪੰਜਾਬੀ ਦੇ ਬਹੁਤੇ ਕਹਾਣੀਕਾਰਾਂ ਦਾ ਜਿਹੜਾ ਦੀ ਨਜ਼ਰ ਜਾਂ ਦ੍ਰਿਸ਼ਟੀ ਸੀਗੀ ਉਹ ਵਧੇਰੇ ਕਰਕੇ ਇਸ ਚੀਜ਼ ਨੂੰ ਚਿਤਰਨ ਵੱਲ ਸੀਗੀ ਕਿ ਜਿਹੜੀ ਕਤਲੋਗਾਰਤ ਕਿਸ ਤਰ੍ਹਾਂ ਹੋਈ, ਬਲਾਤਕਾਰ ਕਿਸ ਤਰ੍ਹਾਂ ਹੋਏ, ਲੁੱਟਪੱਟ ਕਿਸ ਤਰ੍ਹਾਂ ਦੀ ਹੋਈ, ਰਾਜਸੀ ਚਾਲਾਂ ਕਿਵੇਂ ਚੱਲੀਆਂ ਗਈਆਂ, ਸੰਪਰਦਾਇਕ ਤਣਾਅ ਕਿਵੇਂ ਵਧੇ। ਪਰ ਕੁਲਵੰਤ ਸਿੰਘ ਵਿਰਕ ਦੀ ਦਿਲਚਸਪੀ ਇੱਥੇ ਵੀ ਇਸ ਤੋਂ ਅੱਗੇ ਜਾ ਕੇ ਹੈ ਕਿ ਦੁਖਾਂਤ ਨੇ ਪੰਜਾਬੀ ਬੰਦੇ ਦੀ, ਪੰਜਾਬੀ ਔਰਤ ਦੇ, ਪੰਜਾਬੀ ਵਿਅਕਤੀ ਦੇ ਮਨ 'ਤੇ ਕੀ ਅਸਰ ਪਾਇਆ। ਯਾਨੀ ਉਹ ਜਿਹੜੀਆਂ ਬਾਹਰੀ ਘਟਨਾਵਾਂ ਹੈ ਨੇ ਵਾਪਰ ਰਹੀਆਂ 47 ਦੇ ਵੇਲੇ, ਉਹਨਾਂ ਨੂੰ ਚਿਤਰਨ ਵੱਲ ਜਾਂ ਉਹਨਾਂ ਨੂੰ ਯਥਾਰਥਕ ਢੰਗ ਨਾਲ ਉਭਾਰਨ ਵੱਲ ਜਿਹੜਾ ਹੈ ਉਹ ਕੁਲਵੰਤ ਸਿੰਘ ਵਿਰਕ ਦੀ ਦਿਲਚਸਪੀ ਹੈ, ਪਰ ਓਨੀ ਦਿਲਚਸਪੀ ਨਹੀਂ ਜਿੰਨੀ ਦਿਲਚਸਪੀ ਉਹਦੀ ਉਸ ਮਨੁੱਖੀ ਵਿਹਾਰ ਨੂੰ, ਉਸ ਮਾਨਸਿਕਤਾ ਦੇ ਬਦਲਾਵ ਨੂੰ ਚਿਤਰਨ ਦੇ ਵਿੱਚ ਹੈ ਜਿਹੜੀ ਇਸ ਦੁਖਾਂਤ ਦੀ ਪ੍ਰਕਿਰਿਆ ਨੇ ਜਿਹੜੀ ਮਾਨਸਿਕਤਾ ਸਾਡੀ ਬਣਾਈ। ਚਾਹੇ ਖੱਬਲ ਕਹਾਣੀ ਦੀ ਗੱਲ ਆਮ ਕੀਤੀ ਜਾਂਦੀ ਹੈ, ਜਿਹਦੇ 'ਚੋਂ ਔਰਤ ਜਿਹੜੀ ਹੈਗੀ ਆ ਉਸ ਸਾਰੇ ਕੁਛ ਨੇ ਉਹਦੇ ਅੰਦਰ ਜਿਸ ਕਿਸਮ ਦਾ ਖਲਾਅ ਪੈਦਾ ਕਰਤਾ ਹੈ, ਉਸ ਖਲਾਅ ਨੂੰ ਭਰਨ ਲਈ ਉਹ ਆਪਣੀ ਨਨਾਣ ਨੂੰ ਜਿਸ ਤਰ੍ਹਾਂ ਹੱਥੀਂ ਵਿਆਹੁਣ ਦੀ ਗੱਲ ਕਰਦੀ ਹੈਗੀ ਹੈ, ਇਸੇ ਤਰ੍ਹਾਂ ਹੀ ਚਾਹੇ ਓਪਰੀ ਧਰਤੀ ਦਾ ਹਜ਼ਾਰਾ ਸਿੰਘ ਚੋਰ ਵੀ ਹੋਵੇ, ਉਹ ਵੀ ਜਿਹੜਾ ਹੈ ਜਿਵੇਂ ਬਗਾਨੀ ਧਰਤੀ 'ਤੇ ਆ ਕੇ ਉਹ ਹਜ਼ਾਰਾ ਸਿੰਘ ਨਹੀਂ ਰਹਿ ਜਾਂਦਾ, ਯਾਨੀ ਉਹਨੂੰ ਲੱਗਦਾ ਕਿ ਵੀ ਮੈਂ ਉਹ ਬੰਦਾ ਤਾਂ ਰਹਿ ਨਹੀਂ ਗਿਆ, ਮੇਰੇ ਤਾਂ ਬਗਾਨੀ ਧਰਤੀ 'ਤੇ ਜਿਸ ਤਰ੍ਹਾਂ ਪੈਰ ਹੀ ਨਹੀਂ ਉੱਠਦੇ, ਮੈਨੂੰ ਤਾਂ ਇਹਦੇ ਕੁਛ ਸਮਝ ਨਹੀਂ ਜੀ ਆਉਂਦੀ। ਇਸ ਤਰ੍ਹਾਂ ਬਾਕੀ ਕਹਾਣੀਆਂ ਦੀਆਂ ਉਦਾਹਰਨਾਂ ਵੀ ਤੁਸੀਂ ਜਿਵੇਂ ਮੈਨੂੰ ਜਾਣਨਾ, ਬੜੀ ਮਸ਼ਹੂਰ ਕਹਾਣੀਆਂ ਨੇ ਇਹ ਮੈਂ ਜੇ ਇਹੀ ਧਾਰਨਾ
कुलवंत सिंह विरक दियां उन्हां कहानियां ते वी टुकावां जिहड़ियां उन्हें शहरी आधार जां शहरी धरातल बारे लिखियां तां उन्हां दे विच वी पेंडू मानसिकता वाले पात्रां दी जिहड़ी टुटदी मानसिकता है जां बदलदी मानसिकता है उहदे विच जिहड़े वड्डे परिवर्तन आउंदे आ उन्हां नूं उह आधार बणाउंदा जिवें जे कहानी जिहड़ी कि बाद दे विच उस तरहां उह लिखी गई जिवें कहानी कुंड है। कहानी कुंड दे विच जिहड़ी माँ है अपनी उस नौकरी पेशा धी कोल रह रही है जिहड़ी दिल्ली नौकरी दे सबब नाल रहिंदी है ते पर वह चाहती हैगी इस तरह कि भी जिहड़े धी विहार आधुनिक किस्म का जां नवां अपने दोस्त नूं घरे लै आउणा जां उहदे नाल गल्लां करनियां जां इस तरह बैठे रहना यह विहार माँ नूं पसंद नहीं गा जानी इस तरह पर वह कर भी नहीं बहुता कुछ सकती क्यों क्योंकि वह जिहड़ी हैगी है वह नौकरी तो पैसे मिलते हैं घर का रुजगार चलता इस गल दे नाल तां फिर की है हौली हौली माँ हिदे विच ही एक थोड़ा जिहा परिवर्तन वापरना शुरू हुंदा धी दी बजाय माँ जिहड़ी हैगी है वह पहला उहदा जेस्चर यह हैगा कि जदों उहदी धी अपने प्रेमी नाल कमरे दे विच बैठी है तो माँ ने कोलों लंघ के जाना तो माँ दे अंदर एक ख्याल आउंदा कि भी जिवें मैं खेत रोटी लेके जांदी सी पत्ता लेके जांदी सी ती उदों जे कोई आले दुआले कोई नापसंद चीज़ हुंदी सी उहदे तो अक्खां चुराउण वास्ते वह घुंड कढ लैंदी सी ते हुण भी वह अपनी नीवी करदी है घुंड नीवा करदी है ते वह अपनी धी ते उहदे प्रेमी दे कोलों आराम दे नाल लंघ जांदी है जानी ये पहला जेस्चर है जिहदे च कि माँ दे अंदर कोई चेंज वापरन दा सानू संकेत मिलदा कि उहने नवीं स्थिति दे नाल जिहड़ा है कोप अप करना जां उहदे नाल उहने जिहड़ा है रहना हुण तां उहदे च उहनू तब्दीली करनी पऊगी अपने आप दे विच बदलना। इस तरह जदों सानू आज़ादी मिलदी है तो आज़ादी मिलन दे नाल जिहड़ा नवां भारत उसरना शुरू हुंदा है पंजाबी दे विच इस गल नू बहुता इस गल दा स्वागत नहीं होया खास तौर पर प्रगतिवादी नज़रिए तो जिहड़े लेखकां ने जां कहानीकारां ने इस नू टाटियां बिरलियां दी जिहड़ी है आज़ादी किया बल्कि और यह नहीं किया कि आम लोकां दी आज़ादी इहनू तसव्वुर नहीं किया पर कुलवंत सिंह विरक इहनू इस तरह नहीं वेखदा। कुलवंत सिंह विरक दी एक जिहड़ी हैगी है वाहद कहानी नमस्कार है जिहदे च वह नवें नज़रिए तो वेखदा आज़ादी नू आज़ादी दे नाल जिहड़ा एक स्वै विश्वास वाली औरत पैदा हुई है जिहड़ी स्वै विश्वास वाला बंदा पैदा होया उहदी आत्मा नू फड़न दा यतन करदा उहनू साडे नाल सांझा करन दा यतन करदा कि जिहड़ी इस आज़ादी ने बंदे दी मानसिकता भारतीयां दे विच कॉन्फिडेंस किस तरह पैदा कीता एक किसी होर कहानी दे विच उह स्वतंत्रता नू बहुत वड्डी गल मानदा जिहड़ी बंदे दे अंदर बहुत कुछ बदल दिंदी है ते जे स्वतंत्रता ना होवे तां बंदा किस तरह दा बन जांदा हैगा उह पौणा आदमी दे विच तुसीं देख सकदे हां कहानी दे विच तां इस तरह जानी कहण तों भाव है कि कुलवंत सिंह विरक विशा भावें चुन रहा होवे पेंडू यथार्थ दे विचों चाहे उह संताली दे दुखांत दे विचों चुन रहा होवे चाहे उह शहरी जीवन दे विचों चुन रहा होवे विशा कितों भी चुन रहा होवे उहदा बल इस गल ते रहिंदा है कि जिहड़ा नवां वरतारा जिहड़ा आधुनिकता दा नवां वरतारा पूंजीवाद दा नवां वरतारा है इहने जिस किस्म दे रूपांतरण प्रक्रिया दे विच पंजाबी बंदे नूं पाया उह उदों बाद बंदे दी उह मानसिकता जां उहदी सोच किस किस्म दी बन गई उह उहनूं विखाउण वास्ते उस हालांकि रूपांतरण नूं परिवर्तन नूं फड़ना सब तो औखा काम हुंदा है स्टैटिक किस्म दे पात्रां नूं फड़ना बहुत सौखा हुंदा तां इन्हां अर्थां दे विच भावें संत सिंह सेखों कहिंदा कि वी कुलवंत सिंह विरक शायद मेरा वारस है पर मैं जदों इस गल नूं वेखदा तां मैनूं लगदा कि संत सिंह सेखों नालों वध क्योंकि संत सिंह सेखों दीआं कहानियां दे विच वी किते ना किते प्रगतिवाद नूं उहदे ते आरोपित करन दा है ते
मैं जे इनू कहना होवे तो सही माने दे विच कुलवंत सिंह विरक जिहड़ा है मोहन सिंह प्रोफेसर मोहन सिंह दा वारस बनदा है जिहदी किताब निक्की निक्की वासना दे विच जिहड़ा बिल्कुल इसे ढंग नाल पात्रां नू चित्रिया गया सीगा पात्रां दे अंदरले बदलदे यथार्थ नू बदलदे मानसिकता नू जिहड़ा है इउं फड़न दा यतन कीता सीगा जिहदे विच तीजा मापदंड जिहड़ा मैं कहा सीगा उह है शैलीगत प्रयोग कि कुलवंत सिंह विरक ने साड़ी कहानी दे विच इस तरह का नवा की पैदा किया। आम तौर पर दूजे पड़ा की पंजाबी कहानी संत सिंह सेखों सुजान सिंह जां करतार सिंह दुग्गल की कहानी बारे ये कहा जाता है कि इन्हां दे नाल पंजाबी दे विच हुनरी कहानी जिहड़ी है वो साढ़े सामने आउंदी है, पर जे विरक दे प्रसंग दे विच वेखीए तां इहदी इह हुनरी कहानी भी आपदे इन्हां समकालियां नालों थोड़ी वक्खरी है। जिहदे कहा जांदा है कि यह हुनरी कहानी विरक दे वेले कह लो विरक नाल ये अपने शिखर दे उत्ते पहुँचती है। तो विरक दे हुनर दियां जां बरतांतकारी दियां की विशेषतावां ने जिहड़ियां उहनूं अपने पहलियां नालों ते बहुत ही वक्खरा सिद्ध करदियां, जिद पहले जिहड़े कि प्रतिमान मूलक किस्म दी कहानी लिखदे सी ते उस तों बाद जिहड़े उहदे समकाली है सिखों और सुजान सिंह होरी उन्हों तो भी विरक दे इस हुनरीपन की विशेषता है कि वो सही माणे दे विच जे जे जिहनूं पंजाबी दे विच कहा गया कि भी सधारण मनुख की सधारणता इहदियां कहानियां तो तुहानूं संत सिंह सेखों दे जिवें मिल जाणगियां इस किस्म दियां, पर जे इहनूं सही अर्थां दे विच क्योंकि तां वो कुलवंत सिंह विरक दियां कहानियां दे विचों सधारणता मिलदी है। वैसे पंजाबी दे आलोचक तो अजे भी उस सधारणता पूरी तरह डिफाइन नहीं कर सके सही तरह के नाल कि भी उस सधारणता तो मतलब की हैगा बंदे दी उस सधारणता सधारण बंदे दी सधारणता तो की भाव हुंदा है। पर जे तुसीं कुलवंत सिंह विरक दियां कहानियां नूं डूंघाई दे विच पढ़ोगे तो वह सधारण बंदे दी सधारणता तुहानूं बड़ी प्रतख जिहड़ी हैगी है वह नज़र आ जाती है। जे तुसीं एक कहानी की चलो उदाहरण लै लीए आपां, जे कहानी सांझ है तो बंदा तो बड़ा मोहतबर जां जागीरदार किस्म का बंदा है जिहदे जवाई की मौत हुई है तो वह विहार भी सारा उस तरह ही कर रहा है जिस तरह के एक मोहतबर बंदे जां अपने आप नूं संभाल के आम लोगों मूहरे हौला ना पैन देना जिहड़ा इस किस्म का विहार कर रहा है। पर कुलवंत सिंह विरक उस विहार दे विचों लंघदा 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 अंत नूं कहानी दे अंतले भाग दे विच जा के उस सधारण मनुख तक पहुँच जांदा कि जिहड़ा सधारण मनुख जदों उन्हां दा कामा उहदे मोढ़ियां ते हथ रख के कहिंदा कि सरदार जी वैसे तां तुसीं सारा कुछ बर्दाश्त कर लोंगे पर जदों अपने दोहतियां नूं वेख्या करोंगे इस तरह तो फिर जिमें कि मेरे वगू ही फिर थोड़े तो संभालिया नहीं जाना अपना पता। इस दे नाल सरदार जिहड़ा हैगा उहदी सरदारी उहदा मोहतबर पुणा सारा कुछ एक पासे रह जांदा तो उहदे अंदरों एक सधारण बंदा जिहड़ा हैगा वह जिहड़ा है अखां भर आउंदा जां उहदी भुब निकल जांदी हैगी है। कुलवंत सिंह विरक सही माणां दे विच उस सधारण बंदे नूं जे श्रेणी समाज के नज़रिए तो जे जिहड़ी कहानी वेखदी रही पंजाबी बंदे नूं वो शायद उस तरह इस सधारण बंदे नूं ना पछाण सकदी जिवें दो आने दा घा दे विच है कि एक ठीक ठाक रज्जे पुज्जे बंदे दे विच एक छोटा जिहा वो बंदा भी बैठा हैगा जिहड़ा बंदा बर्दाश्त नहीं कर रहा कि भी गुआंढियां दी मज जिहड़ी हैगी है वह दो आने दा घा ही जिहड़ा हैगा मेरा साडे लान चो खा जे। इस किस्म दी जिहड़े बंदे दे अंदर जिहड़ा वह बंदा किते बहुत ही छुपया जां खोल दे विच लकोया विया हुंदा है कुलवंत सिंह विरक दी जिहड़ी पहुँच हैगी है उत्थों तक जांदी है। इस करके वह अपने समकालियां नालों भी इस गल ते वधेरे जिहड़ा है केंद्रित करके चलदा है। इस तरह ही क्योंकि कुलवंत सिंह विरक पंजाबी बंदे दे चरित्र ते कोई वाद आरोपित नहीं करता बिल्कुल, इस करके इहदा सिट्टा यह निकलदा है कि जिहड़े उन्हें पंजाबी चरित्र दे अंदर बैठे सुभाविक चरित्र जां आपां कहीए कि असली चरित्र जिहड़े सीगे जिहड़े कि बाहर उस तरह नहीं सी दिसदे
ਉਹ ਚਰਿੱਤਰ ਸਾਡੇ ਸਾਹਮਣੇ ਜਿਹੜੇ ਹੈਗੇ ਆ ਉਹ ਲਿਆਂਦੇ, ਜਿਹੜੇ ਕਿ ਪੰਜਾਬੀ ਬੰਦੇ ਦੇ ਸਧਾਰਨ ਜਾਂ ਸੁਭਾਵਿਕ ਚਰਿੱਤਰ ਸੀਗੇ। ਚਾਹੇ ਤੁਸੀਂ ਕਹਾਣੀ ਧਰਤੀ ਹੇਠਲਾ ਬੋਲਦ ਦਾ ਦੇਖ ਲਓ, ਪਾਤਰ ਜਿਹੜਾ ਕਿ ਆਪਣੇ, ਜੇ ਤੁਸੀਂ ਉਹਦਾ ਬਾਹਰੀ ਵਿਹਾਰ ਵੇਖੋਗੇ ਤਾਂ ਉਹ ਇੱਕ ਸਖਤ ਬੰਦੇ ਦਾ ਹੀ ਲੱਗਦਾ ਹੈ ਕਿ ਜਿਹੜਾ ਕਿ ਕਿਸੇ ਮਤਲਬ ਜਿਸ ਤਰ੍ਹਾਂ ਰੁੱਖਾ ਵਿਹਾਰ ਉਹ ਕਰ ਰਿਹਾ ਖਾਸ ਸਥਿਤੀਆਂ ਦੇ ਵਿੱਚ, ਪਰ ਉਹਦੇ ਅੰਦਰੋਂ ਜਦੋਂ ਅੰਤ 'ਤੇ ਜਾ ਕੇ ਜਦੋਂ ਉਹਦੇ ਅੰਦਰੋਂ ਇੱਕ ਉਹ ਬੰਦਾ ਸਾਨੂੰ ਪ੍ਰਗਟ ਹੁੰਦਾ ਜਿਹਨੇ ਕਿ ਧਰਤੀ ਦਾ ਭਾਰ ਆਪਣੇ ਸਾਰੇ 'ਤੇ ਜਿਸ ਤਰ੍ਹਾਂ ਧਰਤੀ ਹੇਠਲੇ ਬਲਦ ਨੇ ਚੱਕਿਆ ਹੁੰਦਾ, ਜਿਹੜਾ ਕਿ ਸਾਰੇ ਦੁੱਖਾਂ ਨੂੰ ਆਪਣੇ ਅੰਦਰ ਸਾਂਭ ਕੇ ਵੀ ਜਿਹੜਾ ਹੈ ਉਹ ਭਾਰ ਦੂਜਿਆਂ 'ਤੇ ਨਹੀਂ ਪਾਉਣਾ ਚਾਹੁੰਦਾ, ਆਪਣੇ ਪੁੱਤ ਦੇ ਦੋਸਤ ਫੌਜੀ ਦੀ ਜਿਹੜੀ ਹੈਗੀ ਆ ਉਹ ਛੁੱਟੀ ਖਰਾਬ ਨਹੀਂ ਕਰਨਾ ਚਾਹੁੰਦਾ। ਇਸੇ ਤਰ੍ਹਾਂ ਹੀ ਦੁੱਧ ਦਾ ਛੱਪੜ ਕਹਾਣੀ ਦੇ ਤੁਹਾਨੂੰ ਦੋਨੇ ਜਿਹੜੇ ਪੰਜਾਬੀ ਸੁਭਾਅ ਦੇ ਵਿੱਚ ਕਬੀਲੇ ਸ਼ਰੀਕੇ ਦਾ ਜਿਹੜਾ ਅੰਸ਼ ਹੈ ਇਹ ਦੋਨੇ ਚੀਜ਼ਾਂ ਇਕੱਠੇ ਰੂਪ ਦੇ ਵਿੱਚ ਮਿਲਦੀਆਂ ਪੰਜਾਬੀ ਬੰਦੇ ਦੇ ਵਿੱਚ। ਸ਼ਰੀਕਾ ਵੀ ਓਡਾ ਹੀ ਭਾਰੂ ਅਤੇ ਕਬੀਲੇ ਦੀ ਭਾਵਨਾ ਵੀ ਓਡੀ ਹੀ ਭਾਰੂ, ਪਰ ਬੰਦਾ ਖਾਸ ਸਥਿਤੀਆਂ ਦੇ ਵਿੱਚ ਇਹਨਾਂ ਦੋਵਾਂ ਨੂੰ ਹੀ ਕਿਸੇ ਤਰ੍ਹਾਂ ਲੁਕੋ ਕੇ ਜਾਂ ਕਿਸੇ ਤਰ੍ਹਾਂ ਇਹਨਾਂ 'ਤੇ ਕੋਈ ਪਰਦਾਦਾਰੀ ਕਰਕੇ ਚੱਲਦਾ। ਪਰ ਕੁਲਵੰਤ ਸਿੰਘ ਵਿਰਕ ਬੰਦੇ ਨੂੰ ਇਸ ਤਰ੍ਹਾਂ ਪ੍ਰਸਥਿਤੀਆਂ ਦੇ ਵਿੱਚ ਪਾ ਕੇ ਇਸ ਗੱਲ ਦਾ ਟੈਸਟ ਕਰਦਾ, ਇਸ ਕਿਸਮ ਦੀ ਕਸਵੱਟੀ ਬਣਾ ਲੈਂਦਾ ਹੈ ਕਿ ਉਹ ਬੰਦੇ ਦਾ ਰੀਅਲ ਬੰਦਾ ਜਿਹੜਾ ਹੈਗਾ, ਰੀਅਲ ਪੰਜਾਬੀ ਜਿਹੜਾ, ਰੀਅਲ ਚਰਿੱਤਰ ਜਿਹੜਾ ਹੈਗਾ ਬੰਦੇ ਦਾ, ਉਹ ਜਿਹੜਾ ਹੈ ਸਾਡੇ ਸਾਹਮਣੇ ਆ ਜਾਵੇ। ਜਿਵੇਂ ਕਿ ਦੁੱਧ ਦਾ ਛੱਪੜ ਕਹਾਣੀ ਦੇ ਵਿੱਚ ਕਬੀਲੇ ਸ਼ਰੀਕੇ ਦੀ ਭਾਵਨਾ ਵਾਲੇ ਪੰਜਾਬੀ ਬੰਦੇ ਦੇ ਦੋਨੇ ਪੱਖ ਜਿਹੜੇ ਹੈਗੇ ਆ ਉਹ ਤੁਹਾਡੇ ਸਾਹਮਣੇ ਆ ਜਾਂਦੇ ਹੈਗੇ ਆ। ਤਾਂ ਇਸੇ ਤਰ੍ਹਾਂ ਹੀ ਜਿਹੜਾ ਪੰਜਾਬੀ ਬੰਦੇ ਦਾ ਇੱਕ ਨਵਾਂ ਅਵਚੇਤਨੀ ਸੰਸਾਰ ਉਹਨਾਂ ਵੇਲਿਆਂ ਦੇ ਵਿੱਚ, ਚਾਹੇ ਉਹ ਪੂੰਜੀਵਾਦ ਦੇ ਪ੍ਰਭਾਵਾਂ ਨਾਲ, ਚਾਹੇ ਸ਼ਹਿਰੀਕਰਨ ਦੇ ਪ੍ਰਭਾਵਾਂ ਨਾਲ, ਚਾਹੇ ਜਿਹੜਾ ਹੈ ਆਧੁਨਿਕ ਚੇਤਨਾ ਦੇ ਪ੍ਰਭਾਵਾਂ ਨਾਲ, ਅਤੇ ਚਾਹੇ ਹੋਰ ਬਹੁਤ ਸਾਰੇ ਪ੍ਰਭਾਵ ਹੋਣਗੇ ਉਹਨਾਂ ਦੇ ਨਾਲ, ਜਿਹੜਾ ਬੰਦੇ ਦਾ ਅਵਚੇਤਨ ਪੰਜਾਬੀ ਬੰਦੇ ਦਾ ਬਦਲ ਰਿਹਾ ਹੈਗਾ, ਉਸ ਅਵਚੇਤਨ ਤੱਕ ਪਹੁੰਚਣ ਦਾ ਯਤਨ ਕਰਦਾ ਕੁਲਵੰਤ ਸਿੰਘ ਵਿਰਕ। ਇਹ ਵੀ ਉਹਦੇ ਦੂਜਿਆਂ ਨਾਲੋਂ ਜਿਸ ਤਰ੍ਹਾਂ ਕਹਾਣੀ ਨਵੇਂ ਲੋਕ ਦੇ ਵਿੱਚ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਇਹ, ਮੈਂ ਤਾਂ ਆਮ ਤੌਰ 'ਤੇ ਕੁਲਵੰਤ ਸਿੰਘ ਵਿਰਕ ਨਾਲ ਵਿਸ਼ੇਸ਼ਣ ਹੀ ਇਹ ਲਾਉਣਾ ਕਿ ਕੁਲਵੰਤ ਸਿੰਘ ਵਿਰਕ ਨਵੇਂ ਲੋਕਾਂ ਦਾ ਕਹਾਣੀਕਾਰ ਹੈ, ਉਹਨੂੰ ਆਧੁਨਿਕਤਾ ਪਸੰਦ ਹੈ, ਉਹਨੂੰ ਨਵੇਂ ਲੋਕਾਂ ਦੇ ਵਿੱਚ ਜਿਹੜੇ ਨਵੇਂ ਚਰਿੱਤਰ ਪੈਦਾ ਹੋ ਰਹੇ, ਨਵੀਆਂ ਗੱਲਾਂ ਪੈਦਾ ਹੋ ਰਹੀਆਂ, ਨਵੇਂ ਟ੍ਰੇਡਸ ਪੈਦਾ ਹੋ ਰਹੇ ਹੈ, ਉਹ ਸਾਰੇ ਉਹਨਾਂ ਨੂੰ ਉਹ ਕੋਈ ਉਸ ਤਰ੍ਹਾਂ ਨਫ਼ਰਤ ਦੀ ਜਾਂ ਪਰੰਪਰਾਵਾਦੀ ਨਜ਼ਰੀਏ ਨਾਲ ਨਹੀਂ ਵੇਖਦਾ, ਬਲਕਿ ਉਹਨਾਂ ਨੂੰ ਉਹ ਵਡਿਆਉਣ ਦਾ ਵੀ ਯਤਨ ਕਰਦਾ। ਜਿਵੇਂ ਨਵੇਂ ਲੋਕ ਦੇ ਵਿੱਚ ਹੀ ਜੇ ਉਹ ਪਾਤਰ ਇਹ ਕਹਿੰਦਾ ਕਿ ਵੀ ਸਾਡੇ ਵੇਲੇ ਤਾਂ ਬਹੁਤ ਜੇ ਕਿਸੇ ਔਰਤ ਨਾਲ ਗੱਲਾਂ ਕਰਨੀਆਂ ਹੁੰਦੀਆਂ ਸੀਗੀਆਂ ਤਾਂ ਬਹੁਤ ਮਾੜੀਆਂ ਥਾਵਾਂ, ਜਾਣੀ ਹੀਰਾ ਮੰਡੀ ਵਰਗੀਆਂ ਥਾਵਾਂ 'ਤੇ ਜਾਣਾ ਪੈਂਦਾ ਸੀ, ਪਰ ਹੁਣ ਕਿੱਡਾ ਚੰਗਾ ਜ਼ਮਾਨਾ ਇੱਕ ਤਰ੍ਹਾਂ ਨਾਲ ਆ ਗਿਆ ਕਿ ਜੇ ਤੁਸੀਂ ਕਿਸੇ ਔਰਤ ਨਾਲ ਥੋੜ੍ਹੀ ਖੁੱਲ੍ਹ ਕੇ ਗੱਲ ਕਰਨੀ ਚਾਹੁੰਦੇ ਹੋ ਤਾਂ ਉਹ ਤਾਂ ਕਿਰਾਏ ਦਾ ਕਮਰਾ ਲੈਣ ਵੇਲੇ ਵੀ ਇੰਨੀਆਂ ਕੁ ਗੱਲਾਂ ਕਰਨ ਦਾ ਤੁਹਾਨੂੰ ਮੌਕਾ ਮਿਲ ਜਾਂਦਾ ਹੈਗਾ। ਕੁਲਵੰਤ ਸਿੰਘ ਵਿਰਕ ਕਿੱਥੇ ਖੜ੍ਹਾ ਹੈ ਇਸ ਕਹਾਣੀ ਦੇ ਵਿੱਚ ਜਾਂ ਇਹਨੂੰ ਕਿੱਥੋਂ ਖੜ੍ਹ ਕੇ ਵੇਖ ਰਿਹਾ, ਜੇ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਵੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਕੁਲਵੰਤ ਸਿੰਘ ਵਿਰਕ ਪਰੰਪਰਾਵਾਦੀ ਬੰਦੇ ਵੱਲ ਨਹੀਂ ਖੜ੍ਹ ਕੇ ਵੇਖ ਰਿਹਾ, ਬਲਕਿ ਉਹਨੂੰ ਇਹ ਗੱਲ ਹੁਲਾਸ ਦਿੰਦੀ ਹੈ, ਇਹ ਗੱਲ ਹੁਲਾਰਾ ਦਿੰਦੀ ਹੈ ਕਿ ਉਹ ਨਵੇਂਪਣ ਦੇ ਹੱਕ ਦੇ ਵਿੱਚ ਖੜ੍ਹਦਾ ਹੈ ਕਿ ਇਹ ਚੰਗੀ ਗੱਲ ਹੀ ਵਾਪਰੀ ਹੈ, ਜਾਣੀ ਔਰਤ ਮਰਦ ਦੇ ਵਿੱਚ ਜਿਹੜਾ ਆਪਸੀ ਗੱਲਬਾਤ ਦਾ ਸਿਲਸਿਲਾ ਵਧਣਾ ਜਾਂ ਉਹਨਾਂ ਦਾ ਇੱਕ ਦੂਜੇ ਦੇ ਨੇੜੇ ਆਉਣਾ, ਇਹ ਉਹਦੇ ਵਾਸਤੇ ਹਾਂ ਪੱਖੀ ਕਦਰ ਜਾਂ ਹਾਂ ਪੱਖੀ ਮੁੱਲ ਹੈ। ਉਸ ਵੇਲੇ ਹੁਨਰੀ ਕਹਾਣੀ ਨਾਲ ਜੋੜ ਕੇ ਆਮ ਤੌਰ 'ਤੇ ਗੱਲ ਸੰਤ ਸਿੰਘ ਸੇਖੋਂ ਨੇ, ਕਿਉਂਕਿ ਇਸ ਗੱਲ ਨੂੰ ਬਹੁਤ ਉਭਾਰਿਆ ਕਿ ਯੂਨਾਨੀ ਨਾਟਕ ਦੇ ਵਾਂਗ ਜਿਹੜੀ ਹੁਨਰੀ ਕਹਾਣੀ ਹੈ ਇਹ ਆਦਿ ਮੱਧ ਅੰਤ ਨੂੰ ਦਾ ਪਾਲਣ ਕਰਦੀ ਔਰ ਪ੍ਰਭਾਵ ਦੀ ਏਕਤਾ ਇਹਦੇ 'ਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਤਿੱਖੇ ਸਸਪੈਂਸ ਵਾਲੀ ਜਾਣੀ ਉਹ ਕਹਾਣੀ ਜਿਹੜੀ ਸੀ ਬਣਦੀ ਸੀ। ਇੱਥੇ ਵੀ ਮੈਨੂੰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਨੂੰ ਇਸੇ ਚੌਕਟੇ 'ਚ ਰੱਖ ਕੇ ਆਮ ਤੌਰ 'ਤੇ ਪੜ੍ਹਿਆ ਗਿਆ, ਪਰ ਮੈਂ ਇਹਨੂੰ ਥੋੜ੍ਹੀ ਵੱਖਰੀ ਤਰ੍ਹਾਂ ਪੜ੍ਹਨਾ ਚਾਹੁੰਦਾ ਔਰ ਮੈਨੂੰ ਲੱਗਦਾ ਕਿ ਇਹਨੂੰ ਇਸੇ ਤਰ੍ਹਾਂ ਹੀ ਪੜ੍ਹਿਆ ਜਾਣਾ ਚਾਹੀਦਾ। ਉਹ ਹੈ ਕਿ ਕੁਲਵੰਤ ਸਿੰਘ ਵਿਰਕ ਤਿੱਖੇ ਸਸਪੈਂਸ ਵਾਲੀ ਕਹਾਣੀ ਨਹੀਂ ਲਿਖਦਾ,
ना ही कुलवंत सिंह विरक आदि मध्य अंत वाली कहानी लिखता, कला अंत जे कह लोगे तो फिर भी माड़ा मोटा ढुकवीं गल होगी, पर आदि मध्य अंत वाली उस किस्म के चौकटे वाली कहानी नहीं लिखता, बल्कि वह एक सहज किस्म का लकीरी वरतांत सिरजद जिन्हों जीवनी मूलक रंगण दे के लिखता है। तो उस सस्पेंस घटनावान नहीं पैदा करता, बल्कि पात्र दे सुभा बारे छोटे छोटे रहस्य उजागर करके सस्पेंस जां पैदा करता, तो जां जिहड़ी समाज बारे साड़ी परंपरक समझ है उहदे विच नवा इजाफा करके उहदे विच नवियां मनोविज्ञान दे नज़रिए तो नवियां गल्लां शामिल करके वो साड़ी जिज्ञासा नूं जिहड़ा है वह उत्तेजित करता है। आम तौर पर वो कोई कहानी वो बहुत भजदी नहीं, बहुत तेज़ गति वाली तेज़ रफ्तार वाली भी नहीं होंगी, बल्कि हौली गति दे विच वो आले दुआले दा थोड़ा 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 विश्लेषण या निरीक्षण करता जाता है। तो क्योंकि वो निरीक्षण एक एक प्रबुद्ध किस्म के पात्र राही किया जा रहा होंगे, तो वो आम पाठक नूं बहुत जिहड़ा है अपील करता जां उन्हूं चंगा लगता कि ये गल्लां मैं पहला बंदे बारे सोचिया नहीं सीगियां जिहड़ियां कुलवंत सिंह विरक दस रहा। अंत ते उत्ते जाके भी जिहड़ा है वह जिन्हों पलटे की जुगत आम तौर पर विरक नाल जोड़ी गई, जिन्हों स्टिंग इन द टेल क्या आलोचकों ने, तो कुलवंत सिंह विरक की और यह भी कहा गया कि वेज कुलवंत सिंह विरक की कहानी तो शायद कल्ले अंत दे विच ही हुंदी है, पर जो मैं इस कहानी नूं वेखदा तो वह जिहड़ा अंत पलटा है जां व्यंग है वह बहुत ही सूखम और हल्का हुंदा है, और वह व्यंग उस किस्म का व्यंग नहीं करता कुलवंत सिंह विरक जिस किस्म का प्रगतिवादी कहानी दे विच जां श्रेणी समाज की लिखी जा रही कहानी दे विच आम तौर पर उपरले वर्गों के उत्ते विहार ते कीता जांदा सी व्यंग, उस किस्म का व्यंग कुलवंत सिंह विरक नहीं करता, बल्कि कुलवंत सिंह विरक का जिहड़ा व्यंग है वह मनुखी विहार के बारे बहुत सूखम जा इशारा करन वाला ही हुंदा है। ते इस व्यंग का फायदा कुलवंत सिंह विरक की कहानी कला नूं जां शैली नूं इह होया कि कुलवंत सिंह विरक दियां कहानियां दी दार्शनिकता बनी रहिंदी है, उहदे च व्यंग दे विच खुरदी नहीं उह दार्शनिकता, जे बहुत तिखा व्यंग होवे तां फिर असीं वेखदे हां कि उहनां कहानियां दे विच दार्शनिक जिहड़ा अंश है वह आम तौर पर खुर जांदा, क्योंकि कुलवंत सिंह विरक शायद मोहन सिंह तो बाद मैं कहा पहला ही इस किस्म का कहानीकार है जिन्हें खास तौर पर मनोविज्ञानक या निजी शोहां वाली शैली दे विच कहानियां लिखियां, तो इस करके वो आम तौर पर उहदी कहानी की शैली जिहड़ी गलबाती ढंग की वह वरतदा कि जिहदे च गलबात जिवें गल कर रहा होवे बंदा, पर गल जिहड़ी हैगी आ बेसिर पैर नहीं, बल्कि गल कर रहा होवे पूरे सुगठित ढंग नाल जिहदे विच जिहड़ा क्योंकि वरतांतकारी कोई खुले डुले ढंग नाल गल्लां सुणाउण दा तां कोई जरिया नहीं, बल्कि एक हुनरी ढंग नाल एक वरतांतक एक जुगत नाल सुणाउण दा तरीका जिहड़ा कि कुलवंत सिंह विरक नूं पता है कि भी मैं कित्थे आम गलबात नूं कहानी दी गलबात दे विच किस तरह रूपांतरण किस तरह इहदा करना, किस तरह इहनूं इहदे च बदल देना हैगा, इहदे बारे जिन्ना सुचेत कुलवंत सिंह विरक है मैनूं लगदा पंजाबी दा शायद होर कहानीकार ने। तां कुलवंत सिंह विरक की कहानी नूं जे असीं पढ़दे हां तां इस तरह नहीं जिवें कहा गया कि भी तुसीं अंत ते विस्फोट हुंदा ते फिर तुसीं पहली कहानी बारे जिहड़ा दुबारा उहनूं वेखदे हां, इस तरह नहीं, बल्कि मैं तां कहिंदा कुलवंत सिंह विरक की कहानी ना आदि मध्य अंत च हुंदी है, बल्कि हरेक शब्द जां हरेक सतर दे विच हुंदी है, बल्कि वह तो सरलेख तो कहानी शुरू हो जाती है, जदों सरलेख दुध दा छप्पड़ वरतदा है तां असी उस वेले पाठक सुचेत हो जाता है कि दुध भी दुनिया दे विच है, छप्पड़ भी है, पर दुध दा छप्पड़ कदे किसी ने कल्पना दे विच नहीं वेख्या, तां इस करके कहानी उत्थों ही शुरू हो जाती है। ये अपने आप दे विच सस्पेंस भी है और एक लब्बत भी जिहड़ी हैगी है पाठक इस लब्बत वल भी तुरना चाहुंदा है। जिन्नियां उत्तम पुरखी जिहड़ियां सब तो वध कहानियां कुलवंत सिंह विरक ने क्योंकि लिखियां उस वेले, तां इस करके वो
पात्र रूप दे विच उनू चितरदा है। वो पात्र ज कोई भी होवे उनू पात्र नू वो जामा दे के जिहड़ा है चितरन दा जतन करदा हैगा। तां कुलवंत सिंह विरक ने एक नवी जिहड़ी साडे मूहरे गलपी भाषा जां अपनियां कहानियां जिहड़ी लिखण लई जिहड़े साडे सामने पेश कीती वो भी जिहड़ी हैगी है साडा ध्यान खिंचदी हैगी है। वो कुलवंत सिंह विरक ने जिवें कि आम कहा जांदा वी शायद विरक टप्पे दी जां माझी उस किस्म की भाषा भी विरक की हैगी है, पर जे तुसी ध्यान नाल पढ़ोगे तो उहदी रंगण जरूर हैगी है। वो शहरी रंगण वाली माझी वरतदा है कुलवंत सिंह विरक आम तौर पर। एक पढ़े लिखे एक सभ्यक बंदा जिस किस्म की भाषा की वरतों करेगा उस किस्म की जिहड़ी वरतों वो विरक करता है। उन्हों यथार्थक रंगण देने वास्ते वो माझी का जिहड़ा है उस तरह का प्रभाव जरूर सिरजदा है। तो क्योंकि कुलवंत सिंह विरक की कहानी दे विच तुहानूं जिहड़ी भाषा उन्हें जिहड़ी भी बहुते कुलवंत सिंह विरक दी कहानियां दे विच बहुत सारिया कहानियां क्योंकि चरित्र प्रधान बहुत ज़्यादा कहानियां ने इस करके घटना प्रधान कहानी वो आम तौर पर बहुत ही घट लिखी जा नहीं सी लिखता। तो इस करके जदों क्योंकि उन्हें एक बदलते हुए बंदे नूं फड़ना एक रूपांतरित एक पल पल रूपांतरित हो रहे बंदे नूं फड़ना तो कुदरती है उन्हें जिहड़ी परंपरक भाषा उस तरह काम नहीं दिंदी बल्कि परंपरा दे विचों वह प्रतीक लै लूगा। जिवें विरक आप भी बहुत सावां ते लिखदा कि भी मैं जदों भी कोई गल मैनूं शहर दे विच नहीं सी पता लगती पूरी तरह तो मैं उन्होंने पिंड दे विच लै जांदा सी भी इस गल नूं मेरा बापू किस तरह बोलदा जां किस तरह कहिंदा। ये आम कही जाती है मैटाफरां बारे भी ये गल आम तौर पर कही जाती है कि जिवें मैं घुंड दी उदाहरण दित्ती है कि एक शहरी गल नूं समझाउण वास्ते वह पिंड दे विचों इस किस्म का मैटाफर लैके वरतूगा। पर सब तो गल जिहड़ी वल साडा ध्यान घट गया वह ये कि कुलवंत सिंह विरक ने क्योंकि पल पल रूपांतरित हो रहे पल पल बदल रहे बंदे दी मानसिकता नूं फड़ना जां साडे सामने उसारना ते उहनूं बणी बनाती भाषा जिहड़ी पई हैगी है वह उन्ना काम नहीं दिंदी वह मैटाफर उन्ना काम नहीं दिंदे बल्कि उहनूं सिरजने पैंदे आ उहनां दी जिहड़ी हैगी है नवीं जिहड़ी है उहनां नूं नवां रूप दे के वरतना पैंदा हैगा। इस करके जदों वह जिहड़ा नवें पात्रां नूं चित्रदा खास तौर पर दिल्ली की कुड़ी जिवें जां जिहड़ियां जे घुंड दी उदाहरण दित्ती हैगी है तां उहदे विच जदों वह पात्र एक दूजे की बदली हुई मानसिकता नूं समझना चाहुंदे आ जां अपनी बदली हुई मानसिकता नाल गल करदे हैगे आ तां वह जिहड़ी हैगी भाषा बिल्कुल वक्खरी किस्म की भाषा हैगी है जिहड़ी भाषा दे विच आम तौर पर संकोच हुंदा जिहड़ी भाषा बिल्कुल स्पष्ट नहीं हुंदी जिहड़ी भाषा नूं जिहड़ी है उत्थे उहदी काविकता दी वी उह वरतों करेगा उत्थे उह रहस्यमई शब्दां दी वरतों भी करेगा उत्थे उह प्रतीकां दी उस तरह की भी वरतों करेगा पर उस तरह नहीं। तां जिहड़ा है मैं इहदे अंतले हिस्से वल आउणा अपनी गल दे तां जे इन्हां गल्लां दे आधार ते असीं कुलवंत सिंह विरक दी रचना दृष्टि दा निर्णा करना होवे तां मैं कहूँगा कि जिवें संत सिंह सेखों होरां ने कुलवंत सिंह विरक बारे कहा सीगा कि कुलवंत सिंह विरक प्रगतिवादी भी नहीं तो उस किस्म का यथार्थवादी भी नहीं तो उन्होंने एक विशेषण वरत्या सी कुलवंत सिंह विरक बारे नरोल यथार्थवादी। तो संत सिंह सेखों ने कहा सीगा कि यह नरोल यथार्थवादी तो मेरा की भाव है वह कहिंदा सीगा कि मेरे विचार विच अजिहा करदा होया एक नरोल यथार्थवादी यह आख रहा हुंदा है कि इस सारे कोझ ते मैल दे बावजूद मनुख सुंदर है प्यार दे योग है ते कल्याण दा भागी है। जाने तुसी कुलवंत सिंह विरक दे पात्र वेखोंगे बहादुर सिंह तूड़ी दी पंड वाला उहदा वेला विहा गया है हुण उहदी कोई गल जिहड़ी हैगी है उस किस्म नाल सिरे नहीं चढ़ रही पर तुहानूं बहादुर सिंह नाल नफरत नहीं होगी तुसी बहादुर सिंह नाल भी हमदर्दी हो रही हैगी है कि भी
आला सिंह उजाड़ वाले नाल भी तुहानू नफरत नहीं हुंदी क्योंकि कुलवंत सिंह विरक ने उन्हूं चित्रिया ही नहीं इस तरह वो तुहानू एक बीत रहे बंदे नाल जिहड़ा कि जमाने दे विच जिहदे पैर नहीं लग रहे जिस जिहनूं समझ नहीं आ रहा जमाना पर उहदे नाल जानी हरेक पुराणी चीज़ सिटण योग नहीं हुंदी पुराणी चीज़ दे विच भी कुछ चीज़ां सांभण योग हुंदियां कुलवंत सिंह विरक इस किस्म नाल उहदा जिहड़ा निरोल यथार्थवाद है उहदे च उह बंदे नूं ਉਹਦੀਆਂ ਪੂਰੀਆਂ ਚੰਗਿਆਈਆਂ ਬੰਦਿਆਈਆਂ ਵਿਖਾ ਕੇ ਵੀ ਉਹਦੀ ਬੰਦਿਆਈ ਦੇ ਪ੍ਰਤੀ ਤੁਹਾਡੇ ਮੋਹ ਤੁਹਾਡੀ ਜਿਹੜੀ ਚਾਹਤ ਹੈ ਉਹ ਬਣੀ ਰਹਿਣ ਦਿੰਦਾ ਇਹ ਗੱਲ ਬਹੁਤ ਹੀ ਜਿਹੜੀ ਹੈਗੀ ਹੈ ਮਹੱਤਵਪੂਰਨ ਹੈ ਜਿਹੜੀ ਕਿ ਤੁਹਾਨੂੰ ਦੂਜੀ ਗੱਲ ਜਿਹੜੀ ਉਹਦੇ ਉਹਦੇ ਬਾਰੇ ਵਿਸ਼ੇਸ਼ਣ ਵਰਤਿਆ ਮਾਨਵਵਾਦ ਦਾ ਅਤੇ ਮੈਂ ਉਹਦੇ ਨਾਲ ਮਾਨਵਵਾਦ ਨਾਲ ਇੱਕ ਹੋਰ ਵਿਸ਼ੇਸ਼ਣ ਲਾਉਣਾ ਚਾਹੂੰਗਾ ਉਹ ਹੈਗਾ ਆਧੁਨਿਕ ਮੁਖੀ ਮਾਨਵਵਾਦ ਜਿਹੜਾ ਮਾਨਵਵਾਦ ਜਿਹੜਾ ਹੈਗਾ ਉਹਦੀ ਠਾਰ ਨਾ ਮੱਧਕਾਲ ਦੇ ਵਿੱਚ ਹੈਗੀ ਮੱਧਕਾਲੀ ਚੇਤਨਾ ਦੇ ਵਿੱਚ ਹੈਗੀ ਹੈ ਨਾ ਪਰੰਪਰਕ ਸਦਾਚਾਰ ਦੇ ਵਿੱਚ ਹੈਗੀ ਹੈ ਕੁਲਵੰਤ ਸਿੰਘ ਵਿਰਕ ਦਾ ਜਿਹੜਾ ਮਾਨਵਵਾਦ ਹੈ ਉਹਦਾ ਮੂੰਹ ਜਿਹੜਾ ਹੈਗਾ ਉਹ ਆਧੁਨਿਕਤਾ ਵੱਲ ਹੈ ਉਹ ਆਧੁਨਿਕਤਾ ਦੇ ਨਾਲ ਜਿਹੜੀਆਂ ਨਵੀਆਂ ਗੱਲਾਂ ਬੰਦੇ ਦੇ ਸੁਭਾਅ ਦੇ ਵਿੱਚ ਬੰਦੇ ਦੇ ਚਰਿੱਤਰ ਦੇ ਵਿੱਚ ਸ਼ਾਮਿਲ ਹੋਈਆਂ ਉਹਨਾਂ ਨੂੰ ਵੀ ਉਹ ਨੋਰਮਲ ਜਾਂ ਸਹਿਜ ਬਣਾ ਕੇ ਪੇਸ਼ ਕਰਦਾ ਹੈ ਔਰ ਉਹਨਾਂ ਨੂੰ ਵੀ ਇੱਕ ਚੰਗੇ ਮਾਨਵ ਦਾ ਜਾਂ ਗੌਰਵਮਈ ਮਾਨਵਤਾ ਦਾ ਹਿੱਸਾ ਮੰਨ ਕੇ ਜਿਹੜਾ ਹੈਗਾ ਉਹਨਾਂ ਨੂੰ ਸਤਿਕਾਰ ਉਸ ਕਿਸਮ ਦਾ ਦਿੰਦਾ ਇਸ ਗੱਲ 'ਤੇ ਇੱਕ ਸੰਤ ਸਿੰਘ ਸੇਖੋਂ ਵੀ ਕਿਤੇ ਕਨਫਿਊਜ਼ ਮਹਿਸੂਸ ਕਰਦਾ ਹੈ ਕਿ ਵੀ ਇਸ ਕੁਲਵੰਤ ਸਿੰਘ ਵਿਰਕ ਬਾਰੇ ਕੀ ਵਿਸ਼ੇਸ਼ਣ ਲਾਇਆ ਜਾਵੇ ਕਿਉਂਕਿ ਉਹ ਉਸ ਤਰ੍ਹਾਂ ਦਾ ਕਹਾਣੀਕਾਰ ਉਹਦੀਆਂ ਨਜ਼ਰਾਂ ਮੁਤਾਬਕ ਉਸ ਕਿਸਮ ਦਾ ਪ੍ਰਗਤੀਵਾਦੀ ਜਾਂ ਸਮਾਜਵਾਦੀ ਯਥਾਰਥਵਾਦ ਦਾ ਧਾਰਨੀ ਨਹੀਂ ਤਾਂ ਜਿਹੜਾ ਉਹਨਾਂ ਨੇ ਇੱਕ ਸ਼ਬਦ ਵਰਤਿਆ ਸੀਗਾ ਕਿ ਕਲਾਕਾਰ ਮਨੁੱਖਤਾ ਦਾ ਇੱਕ ਪੱਤਲ ਚੰਮਾ ਅਤੇ ਕੰਡ ਮੰਨਣ ਵਾਲਾ ਭਾਗ ਹੈ ਇਹ ਵਿਰਕ ਦੇ ਸ਼ਬਦ ਹੈ ਅਤੇ ਉਸ ਰਾਹੀਂ ਵਿਰਕ ਦੀ ਇਹ ਨਹੀਂ ਗਾ ਕਿ ਵੀ ਨਿਮਨ ਵਰਗਾਂ ਪ੍ਰਤੀ ਜਾਂ ਦੱਬੇ ਕੁਚਲੇ ਵਰਗਾਂ ਪ੍ਰਤੀ ਵਿਰਕ ਦੀ ਹਮਦਰਦੀ ਨਹੀਂ ਇਹ ਨਹੀਂ ਕੋਈ ਕਹਿ ਸਕਦਾ ਬਲਕਿ ਉਹਦੀ ਹਮਦਰਦੀ ਹੈ ਪਰ ਇਸ ਹਮਦਰਦੀ ਦੇ ਉੱਤੇ ਉਹ ਕੋਈ ਇੱਛਾ ਮੂਲ ਕਿ ਯਥਾਰਥ ਇਸ ਕਿਸਮ ਨਾਲ ਨਹੀਂ ਕਿ ਵੀ ਉਹਨੂੰ ਉਹ ਕ੍ਰਾਂਤੀ ਵੱਲ ਤੋਰੇ ਉਹਨੂੰ ਉਹ ਸੰਘਰਸ਼ ਵੱਲ ਉਸ ਤਰ੍ਹਾਂ ਤੋਰੇ ਜੇ ਉਹਦੀਆਂ ਹਾਲਾਤ ਜਾਂ ਪ੍ਰਸਥਿਤੀਆਂ ਇਸ ਕਿਸਮ ਦੀ ਨਹੀਂ ਇਜਾਜ਼ਤ ਦਿੰਦੀਆਂ ਹਾਂ ਆਧੁਨਿਕਤਾ ਵੱਲ ਤੋਰਨ ਦਾ ਚੇਤਨਾ ਵੱਲ ਤੋਰਨ ਦਾ ਜੇ ਕੋਈ ਪਾਤਰ ਉਸ ਗੱਲ ਵੱਲ ਨਹੀਂ ਤੁਰਦਾ ਤਾਂ ਜਿੰਨੀ ਕੁਲਵੰਤ ਸਿੰਘ ਵਿਰਕ ਨੂੰ ਗੁੱਝੀ ਖੁਸ਼ੀ ਹੁੰਦੀ ਹੈ ਜਿਵੇਂ ਸ਼ੇਰਨੀਆਂ ਦੇ ਵਿੱਚ ਜੇ ਕੁੜੀਆਂ ਜਿਹੜੀਆਂ ਹੈਗੀਆਂ ਸਾਈਕਲ ਸਿੱਖ ਕੇ ਨਵੇਂ ਯੁੱਗ ਵੱਲ ਨੂੰ ਤੁਰਦੀਆਂ ਅਤੇ ਨਵੀਂ ਜ਼ਿੰਦਗੀ ਨੂੰ ਉਸ ਤਰ੍ਹਾਂ ਜਿਹੜਾ ਹੈਗਾ ਸਵੀਕਾਰ ਕਰਦੀਆਂ ਹੈਗੀਆਂ ਅਤੇ ਉਹਨੂੰ ਜਿਹੜੇ ਵੇਖ ਰਹੇ ਪਤੀ ਪਤਨੀ ਹੈਗੇ ਜਾਂ ਉਹਦੀ ਗੱਲ ਕਰ ਰਹੇ ਜਿਹੜੇ ਪਤੀ ਪਤਨੀ ਹੈ ਉਹਨਾਂ ਦੇ ਅੰਦਰ ਵੀ ਇੱਕ ਖਾਸ ਤਰ੍ਹਾਂ ਦਾ ਹੁਲਾਸ ਪੈਦਾ ਹੁੰਦਾ ਉਹ ਵੀ ਕੋਈ ਉਹਨੂੰ ਉਸ ਤਰ੍ਹਾਂ ਦੇ ਸਦਾਚਾਰਕ ਜਾਂ ਪਰੰਪਰਾਵਾਦੀ ਨਜ਼ਰੀਏ ਤੋਂ ਨਹੀਂ ਵੇਖਦੇ ਤਾਂ ਆਖਰ ਦੇ ਵਿੱਚ ਜਿਵੇਂ ਕਿ ਇਸ ਮੇਰੇ ਟੋਪਿਕ ਦੇ ਵਿੱਚ ਜੋੜਿਆ ਗਿਆ ਹੈ ਕਿ ਵੀ ਕੁਲਵੰਤ ਸਿੰਘ ਵਿਰਕ ਦੀ ਮੌਜੂਦਾ ਪ੍ਰਸੰਗਕਤਾ ਕੀ ਹੈਗੀ ਆ ਜਦੋਂ ਪਿਛਲੇ ਸਮਿਆਂ ਦੇ ਵਿੱਚ ਮੈਂ ਉਹ ਤਾਂ ਬਹੁਤੇ ਉਹਨਾਂ ਦੇ ਤੁਸੀਂ ਸਾਰੇ ਜਾਣਦੇ ਹੋ ਕੁਲਵੰਤ ਸਿੰਘ ਵਿਰਕ ਦੀ ਜਿਹੜੀ ਜਿਹਨੇ ਕੀ ਲਿਖਿਆ ਉਹਨਾਂ ਨੇ ਉਹਨਾਂ ਬਾਰੇ ਕੀ ਲਿਖਿਆ ਗਿਆ ਜਦੋਂ ਪਿਛਲੇ ਸਮੇਂ ਦੇ ਵਿੱਚ ਕਿਸਾਨੀ ਮੋਰਚਾ ਜਿਹੜਾ ਹੈ ਦਿੱਲੀ ਦੀਆਂ ਬਰੂਹਾਂ 'ਤੇ ਲੱਗਿਆ ਤਾਂ ਇੱਕ ਆਮ ਗੱਲ ਵਾਰ ਵਾਰ ਉੱਭਰੀ ਕਿ ਕਿਸਾਨ ਦਾ ਜਿਹੜਾ ਇੱਕ ਚਰਿੱਤਰ ਮੁੱਖ ਤੌਰ 'ਤੇ ਚਰਿੱਤਰ ਸੀ ਕਿਸਾਨੀ ਦਾ ਸੁਭਾਅ ਸੀ ਅਸਲੀ ਜਿਹਦੇ 'ਤੇ ਪੰਜਾਬ ਮਾਣ ਕਰਦਾ ਸੀ ਜਾਂ ਦੁਨੀਆ ਮਾਣ ਕਰਦੀ ਸੀ ਉਹ ਦੁਬਾਰਾ ਨਿਖਰਨਾ ਜਾਂ ਨਿਕਲਣਾ ਸ਼ੁਰੂ ਹੋ ਗਿਆ ਜਿਵੇਂ ਕਿਸਾਨੀ ਦੇ ਅਸੀਂ ਖੁੱਲ੍ਹ ਖੁਲਾਸੇ ਸੁਭਾਅ ਦੀ ਗੱਲ ਕਰਦੇ ਹਾਂ ਜਾਂ ਗੈਰ ਸੰਪਰਦਾਇਕ ਸੁਭਾਅ ਦੀ ਗੱਲ ਕਰਦੇ ਹਾਂ ਕਿਉਂਕਿ ਕਿਸਾਨੀ ਨੂੰ ਉਸ ਤਰ੍ਹਾਂ ਦੀਆਂ ਧਾਰਮਿਕ ਵਲਗਣਾਂ ਵਾਰਾ ਹੀ ਨਹੀਂ ਖਾਂਦੀਆਂ ਤਾਂ ਜਿਸ ਤਰ੍ਹਾਂ ਅਸੀਂ ਕਹਿੰਦੇ ਸੀਗੇ ਕਿ ਵੀ ਖਾਸ ਤੌਰ 'ਤੇ ਜੇ ਤੁਸੀਂ ਮਾਲਵੇ ਦਾ ਕਿਸਾਨ ਵੇਖੋ ਅਤੇ ਉਹ ਚਿੰਤਪੂਰਨੀ ਵੀ ਜਾ ਆਉਂਦਾ ਸੀਗਾ ਅਤੇ ਉਹ ਮਲੇਰਕੋਟਲੇ ਦੀ ਵੀ ਜ਼ਿਆਰਤ ਕਰ ਲੈਂਦਾ ਅਤੇ ਉਹ ਹਰਿਮੰਦਰ ਸਾਹਿਬ ਵੀ ਜਾ ਆਉਂਦਾ ਔਰ ਇਸ ਕਿਸਮ ਦੀਆਂ ਤੁਹਾਡੇ ਸਾਹਮਣੇ ਆਮ ਉਦਾਹਰਨਾਂ ਮਿਲਦੀਆਂ ਸੀਗੀਆਂ ਜਾਣੀ ਸੰਪਰਦਾਇਕ ਵਲਗਣਾਂ ਤੋਂ ਪਾਰ ਵਿਚਰਨ ਵਾਲੀ ਜਿਹੜੀ ਵਰਗ ਦੇ ਤੌਰ 'ਤੇ ਉਹਦੇ ਸਿਰੜੀ ਸਬਰ ਵਾਲੇ ਸੁਭਾਅ ਬਾਰੇ ਵੀ ਅਸੀਂ ਗੱਲਾਂ ਕੀਤੀਆਂ
ਉਹਦੇ ਜੁਝਾਰੂ ਸੁਭਾਅ ਬਾਰੇ ਵੀ ਜੇ ਕੋਈ ਇਸ ਵੇਲੇ ਕੋਈ ਲੜ ਸਕਦੀ ਹੈਗੀ ਹੈ ਅਤੇ ਜਿਹਦੇ 'ਚ ਕੋਈ ਇਹ ਮਾਦਾ ਬਚਿਆ ਅਤੇ ਅਸੀਂ ਕਿਸਾਨੀ ਦੇ ਨਾਲ ਜੋੜ ਕੇ ਇਹ ਗੱਲਾਂ ਕਰਦੇ ਰਹੇ ਅਤੇ ਜਦੋਂ ਮੈਂ ਇਹਨਾਂ ਗੱਲਾਂ ਨੂੰ ਵਿਰਕ ਦੇ ਉਹਨਾਂ ਪਾਤਰਾਂ ਦੇ ਪ੍ਰਸੰਗ ਦੇ ਵਿੱਚ ਵੇਖਦਾ ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਆਰਕੀਟਾਈਪਸ ਜਾਂ ਇਹਦੇ ਚਿੰਨ੍ਹ ਜਾਂ ਇਹਦੇ ਲੱਛਣ ਜੇ ਕਿਸੇ ਕਹਾਣੀਕਾਰ ਦੇ ਵਿੱਚ ਸਾਂਭੇ ਹੋਏ ਤੁਹਾਨੂੰ ਮਿਲਦੇ ਆ ਤਾਂ ਉਹ ਕੁਲਵੰਤ ਸਿੰਘ ਵਿਰਕ ਹੈ। ਹੋਰ ਵੀ ਹੈ ਨੇ ਕਹਾਣੀਕਾਰ, ਪਰ ਮਤਲਬ ਕੁਲਵੰਤ ਸਿੰਘ ਵਿਰਕ ਦੇ ਵਿੱਚ ਜੋ ਤੁਹਾਨੂੰ ਸਭ ਤੋਂ ਵੱਧ ਇਸ ਕਿਸਮ ਦੇ ਮਿਲਣਗੇ। ਧਰਤੀ ਹੇਠਲਾ ਬੋਲਦ ਦੇ ਪਾਤਰ ਦੀ ਵਾਰ ਵਾਰ ਗੱਲ ਹੋਈ ਹੈਗੀ ਹੈ ਅਤੇ ਜਿਹਦੇ 'ਚ ਇਸ ਕਿਸਮ ਦੇ ਦੁੱਖ ਬਰਦਾਸ਼ਤ ਕਰ ਲੈਣ ਦੀ, ਦੁੱਖ ਜੜ ਲੈਣ ਦੀ, ਸਾਰੀ ਦੁਨੀਆ ਦਾ ਭਾਰ ਆਪਣੇ ਸਿਰ 'ਤੇ ਝੱਲ ਲੈਣ ਦੀ ਜਿਹਦੇ 'ਚ ਇਸ ਕਿਸਮ ਦੀ ਸ਼ਕਤੀ ਹੈਗੀ ਹੈ। ਬਹਾਦਰ ਸਿੰਘ ਜਿਹਦੇ ਬਾਰੇ ਕੁਲਵੰਤ ਸਿੰਘ ਵਿਰਕ ਮੈਟਾਫਰ ਵਰਤਦਾ ਹੈ ਕਿ ਜਿਵੇਂ ਕੁਕੜੀ ਜਿਹੜਾ ਖਤਰਿਆਂ ਤੋਂ ਬੱਚਿਆਂ ਨੂੰ ਬਚਾਉਣ ਵਾਸਤੇ ਆਪਣੇ ਖੰਭਾਂ ਹੇਠ ਚੂਚਿਆਂ ਨੂੰ ਲੈਣ ਦਾ ਯਤਨ ਕਰਦੀ ਹੈ ਅਤੇ ਕੁਲਵੰਤ ਸਿੰਘ ਵਿਰਕ ਸਾਰੀ ਬਰਾਦਰੀ ਨੂੰ ਜਿਹੜੀ ਹੈਗਾ ਉਹ ਆਪਣੇ ਉਹ ਜਿਹੜਾ ਬਹਾਦਰ ਸਿੰਘ ਹੈਗਾ ਉਹ ਸਾਰੀ ਬਰਾਦਰੀ ਨੂੰ ਆਪਣੇ ਖੰਭਾਂ ਹੇਠ ਲੈਣ ਦੇ ਯਤਨ ਇਸ ਕਿਸਮ ਦੇ ਕਰਦਾ ਰਹਿੰਦਾ। ਬਲਕਿ ਇੱਥੋਂ ਤੱਕ ਵੀ ਕਿ ਜੇ ਉਸ ਬਰਾਦਰੀ ਦੀ ਨੂੰਹ ਜਿਹੜੀ ਜਿਹਦੇ ਨਾਲ ਜਿਹੜੀ ਕਿ ਹੋਰ ਪਿੰਡ ਤੋਂ ਹੈਗੀ ਹੈ ਉਸ ਬਰਾਦਰੀ ਦੀ ਨੂੰਹ ਜੇ ਹੋਰ ਜਿਹੜੇ ਆਪਦੇ ਪੇਕਿਆਂ ਦੇ ਘਰ ਛੱਡੀ ਹੋਈ ਬੈਠੀ ਹੈਗੀ ਹੈ ਅਤੇ ਬਹਾਦਰ ਸਿੰਘ ਇਹ ਸਮਝਦਾ ਕਿ ਇਹਦੇ 'ਚ ਬਰਾਦਰੀ ਦਾ ਸ਼ਾਇਦ ਹੇਠੀ ਹੋ ਰਹੀ ਹੈ ਅਤੇ ਉਹਨੂੰ ਆਪਦੇ ਘਰ ਲੈ ਆਉਂਦਾ ਜਿਸ ਤਰ੍ਹਾਂ, ਤਾਂ ਇਹ ਚੀਜ਼ਾਂ ਜਿਹੜੀਆਂ ਪੰਜਾਬ ਦੇ ਕਿਸਾਨ ਦੀਆਂ ਸੀਗੀਆਂ ਮੈਨੂੰ ਲੱਗਦਾ ਕਿ ਉਹ ਹੁਣ ਸਾਨੂੰ ਇੱਕ ਵਿੱਚੋਂ ਇੱਕ ਸਮਾਂ ਇਹੋ ਜਿਹਾ ਆਇਆ ਕਿ ਸਾਨੂੰ ਲੱਗਿਆ ਸੀਗਾ ਕਿ ਸ਼ਾਇਦ ਆਧੁਨਿਕਤਾ ਨੇ ਜਾਂ ਜਿਹੜੇ ਨਵਾਂ ਜਿਹੜਾ ਵਰਤਾਰਾ ਵਾਪਰ ਰਿਹਾ ਹੈਗਾ ਬਜ਼ਾਰੀਕਰਨ ਨੇ ਜਾਂ ਸਾਰੇ ਕੁਛ ਨੇ ਉਹ ਕਿਸਾਨ ਸ਼ਾਇਦ ਪੂਰੀ ਤਰ੍ਹਾਂ ਬਦਲ ਦਿੱਤਾ ਹੋਵੇ, ਵੀ ਕਿਸਾਨ ਦੇ ਵਿੱਚ ਸ਼ਾਇਦ ਉਹ ਬੰਦਾ ਹੁਣ ਸਾਨੂੰ ਸ਼ਾਇਦ ਵੇਖਣ ਨੂੰ ਹੀ ਨਾ ਮਿਲਦਾ ਹੋਵੇ। ਇਸ ਕਿਸਮ ਦੀਆਂ ਗੱਲਾਂ ਔਰ ਉਹਦੇ ਬਾਰੇ ਕਹਾਣੀਆਂ ਵੀ ਇਸ ਤਰ੍ਹਾਂ ਸਾਨੂੰ ਮਿਲਦੀਆਂ ਕਿ ਵੀ ਬਿਲਕੁਲ ਸ਼ਾਇਦ ਉਹ ਬੰਦਾ ਬਚਿਆ ਨਹੀਂ, ਪਰ ਜਦੋਂ ਹੁਣ ਅਸੀਂ ਵੇਖਦੇ ਹਾਂ ਤਾਂ ਉਸੇ ਤਰ੍ਹਾਂ ਦੀ ਦ੍ਰਿੜਤਾ, ਉਸੇ ਤਰ੍ਹਾਂ ਦਾ ਸਬਰ, ਉਸੇ ਤਰ੍ਹਾਂ ਦੀ ਬਹਾਦਰੀ, ਉਸੇ ਤਰ੍ਹਾਂ ਦਾ ਗੈਰ ਸੰਪਰਦਾਇਕ ਵਤੀਰਾ, ਉਸੇ ਤਰ੍ਹਾਂ ਭਰਾਤਰੀ ਭਾਵ, ਉਸੇ ਤਰ੍ਹਾਂ ਦਾ ਜਿਹੜਾ ਦੂਜਿਆਂ ਦੇ ਕੰਮ ਆਉਣ ਵਾਲੀ ਜਿਹੜੀ ਉਸੇ ਤਰ੍ਹਾਂ ਕਿਸੇ ਲੈਵਲ 'ਤੇ ਜਾ ਕੇ ਔਰਤ ਪ੍ਰਤੀ ਜਿਹੜਾ ਇੱਕ ਸਤਿਕਾਰ ਹੈ, ਜਿਹੜਾ ਇੱਕ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਾਂ ਨਵੀਂ ਪੀੜ੍ਹੀ ਨੂੰ ਸਪੇਸ ਦੇਣੀ ਜਾਂ ਨਵੀਂ ਪੀੜ੍ਹੀ ਨੂੰ ਉਸ ਤਰ੍ਹਾਂ ਦੇ ਉਹਦੇ ਦ੍ਰਿਸ਼ਟੀਕੋਣ ਨੂੰ ਵੀ ਮਹੱਤਵਪੂਰਨ ਮੰਨਣਾ, ਜਿਵੇਂ ਕਿ ਤੂੜੀ ਦੀ ਪੰਡ ਦਾ ਬਹਾਦਰ ਸਿੰਘ ਵੀ ਅਖੀਰ 'ਤੇ ਜਾ ਕੇ ਉਹ ਚਾਹੁੰਦਾ ਹੈ ਕਿ ਵੀ ਉਸ ਜੱਟਾਂ ਦੇ ਮੁੰਡੇ ਨੂੰ ਵੀ ਮੈਂ ਉਹ ਨੂੰਹ ਵਾਂਗੂ ਘਰ ਹੀ ਲੈ ਜਾਂ ਕਿਆ ਤਾਂ ਕਿ ਇਹ ਵਿਚਾਰਾ ਇਹਦਾ ਫਾਇਦਾ ਹੋ ਜਾਵੇ, ਪਰ ਫਿਰ ਆਪ ਹੀ ਸੋਚਦਾ ਕਿ ਐਂ ਮੈਂ ਕਿਹਨੂੰ ਘਰ ਲੈ ਜੂੰਗਾ, ਇਹਨਾਂ ਨੂੰ ਆਪਦੀ ਲੜਾਈ ਜਿਹੜੀ ਹੈਗੀ ਹੈ ਆਪ ਲੜਨ ਦਿਆਂ ਇਹਨਾਂ ਨੂੰ, ਜਣੀ ਇਹ ਤਬਦੀਲੀ ਬਹਾਦਰ ਸਿੰਘ 'ਚ ਵੀ ਵਾਪਰਦੀ ਹੈ ਅਤੇ ਨਵੀਂ ਪੀੜ੍ਹੀ ਨੂੰ ਇਸ ਤਰ੍ਹਾਂ ਦੀ ਸਪੇਸ ਦੇਣਾ, ਉਹ ਮੈਨੂੰ ਲੱਗਦਾ ਕਿ ਜਦੋਂ ਹੁਣ ਬਜ਼ੁਰਗ ਕਿਸਾਨ ਜਿਹੜੇ ਹੈਗੇ ਸੰਘਰਸ਼ ਕਰ ਰਹੇ ਉਹ ਨਵੀਂ ਪੀੜ੍ਹੀ ਨੂੰ ਇਸ ਕਿਸਮ ਦੀ ਸਪੇਸ ਦੇ ਰਹੇ ਆ, ਤਾਂ ਮੈਨੂੰ ਵਾਰ ਵਾਰ ਜਿਹੜੀਆਂ ਹੈਗੀਆਂ ਉਹ ਕਹਾਣੀਆਂ ਔਰਾਂ ਨੂੰ ਉਹਨਾਂ ਕਹਾਣੀਆਂ ਦਾ ਰਚੇਤਾ ਜਿਹੜਾ ਹੈਗਾ ਉਹ ਕੁਲਵੰਤ ਸਿੰਘ ਵਿਰਕ ਜਿਹੜਾ ਹੈਗਾ ਯਾਦ ਆਉਂਦਾ। ਤਾਂ ਸਮੁੱਚੇ ਤੌਰ 'ਤੇ ਜੇ ਮੈਂ ਕਹਿਣਾ ਹੋਵੇ ਕਿ ਕੁਲਵੰਤ ਸਿੰਘ ਵਿਰਕ ਦੇ ਸਾਡੇ ਸਮਾਜ ਨੂੰ ਜਾਂ ਸਾਡੇ ਪੰਜਾਬੀ ਜਿਹੜਾ ਸਾਹਿਤਕ ਜਗਤ ਹੈ ਜਾਂ ਕਹਾਣੀ ਜਗਤ ਹੈ ਇਹਨੂੰ ਕੀ ਦੇਣ ਹੈਗੀ ਹੈ, ਤਾਂ ਮੈਨੂੰ ਲੱਗਦਾ ਕਿ ਇੱਕ ਕਹਾਣੀਕਾਰ ਨਾਲੋਂ ਵੀ ਵੱਧ ਕੁਲਵੰਤ ਸਿੰਘ ਵਿਰਕ ਦੀ ਦੇਣ ਪੰਜਾਬੀ ਦੇ ਸ਼ਬਦ ਸੱਭਿਆਚਾਰ ਨੂੰ ਹੈ। ਕਿਉਂਕਿ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਸ਼ਬਦ ਦੀ ਮਹੱਤਤਾ ਨੂੰ ਬਹੁਤ ਵਡਿਆ ਕੇ ਪੇਸ਼ ਕੀਤਾ ਗਿਆ, ਉਸੇ ਤਰ੍ਹਾਂ ਹੀ ਜੇ ਮੈਂ ਕਹਾਂ ਕਿ ਜੇ ਇੱਕ ਸ਼ਬਦ ਦੀ ਕੀ ਮਹਿਮਾ ਹੁੰਦੀ ਹੈ, ਉਹਦੀ ਵਰਤੋਂ ਕਿੱਡੇ ਧਿਆਨ ਨਾਲ ਕਰਨੀ ਚਾਹੀਦੀ ਹੈ, ਉਹਦੀ ਸ਼ਕਤੀ ਕਿੰਨੀ ਹੁੰਦੀ ਹੈ, ਉਸ ਸ਼ਕਤੀ ਨੂੰ ਅਸੀਂ ਆਪਣੇ ਜੀਵਨ ਦੇ ਸੁਧਾਰ ਵਾਸਤੇ ਜਾਂ ਸਮਾਜਿਕ ਬਦਲਾਅ ਵਾਸਤੇ ਕਿਵੇਂ ਵਰਤ ਸਕਦੇ ਹਾਂ, ਸ਼ਬਦ ਤੋਂ ਏਡੀਆਂ ਆਸਾਂ ਰੱਖਣ ਵਾਲਾ ਜਿਹੜਾ ਸ਼ਬਦ ਤੋਂ ਇੰਨਾ ਜਿਹੜਾ ਹੈ ਇੱਕ ਤਰ੍ਹਾਂ ਕਾਰਜ ਕਰਵਾਉਣ ਵਾਲਾ, ਵੱਡਾ ਕਾਰਜ ਕਰਵਾਉਣ ਵਾਲਾ ਜਿਹੜਾ, ਕਿਉਂਕਿ ਕੁਲਵੰਤ ਸਿੰਘ ਵਿਰਕ ਨੇ ਇਹ ਕਾਰਜ ਸਾਨੂੰ ਕਰਕੇ ਵਿਖਾਇਆ, ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਕੁਲਵੰਤ ਸਿੰਘ ਵਿਰਕ ਦੀ ਸਾਡੇ ਅੱਜ ਹੀ ਨਹੀਂ ਬਲਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ
ਵੱਡੀ ਜਿਹੜੀ ਹੈਗੀ ਹੈ ਦੇਣ ਹੋਊਗੀ ਪੰਜਾਬੀ ਸੁਭਾਅ ਦੇ ਉਹਨਾਂ ਸ਼ਬਦਾਂ ਰਾਹੀਂ ਜਿਹੜੇ ਉਹਨੇ ਚਿੱਤਰ ਜਿਹੜਾ ਚਿੱਤਰ ਬਣਾਏ ਉਹਨਾਂ ਨੂੰ ਮੈਨੂੰ ਇਉਂ ਲੱਗਦਾ ਹੈ ਕਿ ਕੁਲਵੰਤ ਸਿੰਘ ਵਿਰਕ ਨੇ ਜਿਵੇਂ ਸ਼ਬਦਾਂ ਰਾਹੀਂ ਜਿਹੜਾ ਹੈਗਾ ਪੰਜਾਬੀ ਸੰਸਕ੍ਰਿਤੀ ਦਾ ਕੋਈ ਮਿਊਜ਼ੀਅਮ ਉਸਾਰ ਦਿੱਤਾ ਹੋਵੇ ਸਾਡੀ ਸਦਾ ਸਾਨੂੰ ਵੇਖਣ ਵਾਸਤੇ ਸਦਾ ਸਮਝਣ ਵਾਸਤੇ ਅਤੇ ਸਦਾ ਉਹਦੇ ਤੋਂ ਪ੍ਰੇਰਣਾ ਲੈਣ ਵਾਸਤੇ ਕੋਈ ਇਸ ਕਿਸਮ ਦੀ ਕੋਈ ਯਾਦਗਾਰੀ ਕਿਸਮ ਦੀ ਚੀਜ਼ ਬਣਾ ਦਿੱਤੀ ਹੋਵੇ ਉਹਨਾਂ ਦੀਆਂ ਕਹਾਣੀਆਂ ਨੂੰ ਮੈਂ ਇਸ ਤਰ੍ਹਾਂ ਵੇਖਦਾ ਅਤੇ ਅੰਤ 'ਤੇ ਮੈਂ ਧੰਨਵਾਦ ਕਰਦਾ ਪੰਜਾਬੀ ਵਿਭਾਗ ਦਾ ਔਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਦਾ ਕਿ ਮੈਨੂੰ ਮੌਕਾ ਦਿੱਤਾ ਤੁਹਾਡੇ ਰੂਬਰੂ ਹੋਣ ਦਾ ਮਿਹਰਬਾਨੀ।